गुर रसना अमृत बोल दी मेरी पीरी दे माल का शहनशाह तेरे चरना तो जाइए बलहार दाता तो सा साज के तखते अकाल दा जी बख्श दिता है सिखा नू मान दाता सजा देने ली जाबर जरवाणिया नू तेग मेरी दी लई तुसा तान दाता गिने जान ना पर उपकार तेरे हो ते बैंका शहर की करे बयान दाता ते बैंका शहर की करे बयान दाता डंडोत बंदनी अनकबार सर्व कला समरथ डोनन तेरा को प्रभु नानक दे कर हथ तेरे चोज दाता जग तो न्यारे सैबा मेरी पीरी वालिया रास की ताई बख्श न्यारे सैबा मेरी पीरी वालिया तेरे चोज दाता जग तो न्यारे बख्श दित्ती लालिए बख्श दित्ती लालिए फुल मोर जाया ताई बख्श दित्ती लालिए बख्श दित्ती लालिए जोसी जग दिया लोका दर करे सैबा मेरी पीरी वालिया तेरे चोज दाता जग तो न्यारे सैबा मेरी पीरी वालिया लेके फूर याद दर आई सीस लखनी आई सीस लखनी लेके मिल दे ना खुहाते जाल पाया ते नाए मिल दे ने मुला बजार विचो ते नाए मिल दे ने मड़ी मसान पूजे नाए मिलते ने तौली तार विचों
ਪੁੱਤਰ ਉਹਨਾਂ ਨੇ ਕਿਸੇ ਨੂੰ ਕੀ ਦੇਣੇ ਹੋ ਤੇ ਅੰਤਰ ਤੁਰ ਕੇ ਜੋ ਆਪ ਸੰਸਾਰ ਵਿੱਚੋਂ ਮਿਲਦਾ ਮੇਵਾ ਹੈ ਮਿੱਸੀਆਂ ਰੋਟੀਆਂ ਤੋਂ ਤੇ ਸਾਧ ਸੰਗਤ ਜੀ ਗੁਰੂ ਦਰਬਾਰ ਵਿੱਚੋਂ ਲੈ ਕੇ ਫੂਰੀਆਂ ਦਾਰ ਆਈ ਸੀ ਸੁਲੱਖਣੀ ਆਈ ਸੀ ਸੁਲੱਖਣੀ ਪਰ ਦਿੱਤੀ ਲਾਲਾ ਨਾਲ ਗੋਦਿਓ ਦੀ ਸੱਖਣੀ ਗੋਦਿਓ ਦੀ ਸੱਖਣੀ ਪਰ ਦਿੱਤੀ ਲਾਲਾ ਨਾਲ ਗੋਦਿਓ ਦੀ ਸੱਖਣੀ ਗੋਦਿਓ ਦੀ ਸੱਖਣੀ ਤੇਰਾ ਲੱਖ ਲੱਖ ਹੋ ਲੱਖ ਲੱਖ ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰੇ ਸਾਹਿਬਾ ਮੇਰੀ ਪੀਰੀ ਵਾਲਿਆ ਤੇਰੇ ਚੋਜ ਦਾਤਾ ਜੱਗ ਤੋਂ ਨਿਆਰੇ ਸਾਹਿਬਾ ਮੇਰੀ ਪੀਰੀ ਵਾਲਿਆ ਨੱਕ ਨੱਥ ਹੈ ਪਾਕ ਨੱਕ ਨੱਥ ਹੈ ਨੱਥ ਨੀ ਅਜਾਨ ਮਾਨੂ ਪਾਕ ਨੱਕ ਨੱਥ ਹੈ ਪਾਕ ਨੱਕ ਨੱਥ ਹੈ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ ਚਾਬੀ ਤੇਰੇ ਹੱਥ ਹੈ ਉਹ ਸਾਰੀਆਂ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ ਚਾਬੀ ਤੇਰੇ ਹੱਥ ਹੈ ਡਿੱਗਿਆਂ ਦੇ ਜਿਦਾਰ ਡਿੱਗਿਆਂ ਦੇ ਕਾਜ ਸਵਾਰੇ ਸਾਹਿਬਾ ਮੇਰੀ ਪੀਰੀ ਵਾਲਿਆ ਤੇਰੇ ਚੋਜ ਦਾਤਾ ਜੱਗ ਤੋਂ ਨਿਆਰੇ ਸਾਹਿਬਾ ਮੇਰੀ ਪੀਰੀ ਵਾਲਿਆ ਮੇਰੀ ਪੀਰੀ ਵਾਲਿਆ ਗੁਰੂ ਚਰਨਾਂ ਵਿੱਚ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਨੀਲੇ ਦੇ ਸ਼ਾਹ ਸਵਾਰ ਸ਼ਹਿਰਾਂ ਦੇ ਬਾਦਸ਼ਾਹ ਪੰਥ ਦੇ ਵਾਲੀ ਹੇਮਕੁੰਟ ਤਪਸਵੀ ਮਾਂ ਗੁਜਰੀ ਦੇ ਲਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਪਿਆਰ ਸਹਿਤ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ ਸਹਿਬ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ ਤੁਮਰੀ ਹੀ ਕਿਰਪਾ ਤੇ ਭਇਓ ਸਾਧ ਸੰਗ ਮਹਾਰਾਜ ਜੇ ਤੁਹਾਡੀ ਵੱਡੀ ਕਿਰਪਾ ਹੋਈ ਆ ਤੇ ਸੰਗਤ ਦੀਆਂ ਘੜੀਆਂ ਦਾ ਤਾਂ ਸਮਾਂ ਪ੍ਰਾਪਤ ਹੋਇਆ ਜੀ ਤੁਮਰੀ ਹੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਆਪ ਕੀਓ ਮਹਾਰਾਜ ਜੀ ਸੰਗਤ ਚ ਲਿਆਉਣ ਵਾਲਾ ਸੰਗਤ ਚ ਬਿਠਾਉਣ ਵਾਲਾ ਕਾਰਜ ਤੁਸੀਂ ਆਪ ਹੀ ਕੀਤਾ ਜੀ ਪਾਪੀ ਮਨੁੱਖ ਨੂੰ ਅਪਰਾਧੀ ਮਨੁੱਖ ਨੂੰ ਕੋਈ ਵੀ ਆਪਣੇ ਲਾਗੇ ਨਹੀਂ ਜੇ ਬਿਠਾਉਂਦਾ ਧੰਨਵਾਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ ਰਜੇਵਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਆਏ ਜੇ ਆਪਣੇ ਸਫਲ ਕਰਨ ਵਾਸਤੇ ਆਓ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ
महिमा आप सरवण कर रहे सी जेड़ा खालसा सिरजना दा विसाखी दा तिहाड़ा आपां मना के हटे आ गुरु कृपा करे जेड़ा खालसा सिरजना दा नींह पत्थर सी ना एवी छेवें पातशाह ने आप रखिया सी। जदों महाराज गुरता गद्दी ते बैठे ते बाबा बुढ़ा साहब जी ने एक तलवार लिया के छेवें पातशाह दे सजे पासे पाती। एक गल चेते रखियो जेड़ी तलवार आ ओ खब्बे पासे पाई जांदी भावे कोई जरनैल आवे भावे कोई योद्धा आवे भावे कोई बादशाह आवे भावे कोई सिपाही होवे। जदों बाबा बुढ़ा साहब जी ने छेवें पातशाह दे सजे पासे तलवार पाई जेड़े सिख बैठे सी ना विच ਉਹ ਬੀਬੀਆਂ ਵਾਂਗੂ ਮੂੰਹ ਜੋੜ ਕੇ ਗੱਲਾਂ ਕਰਨ ਲੱਗ ਪਈ ਵੀ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ। ਬਾਬਾ ਕਿਹੜਾ ਜੰਗ ਲੜਦਾ ਰਿਹਾ ਢੋਂਦਾ ਤੇ ਗੁਰੂ ਘਰ ਦੀ ਟੋਕਰੀ ਰਿਹਾ ਜਾਂ ਗਾਵਾਂ ਮਹੀਆਂ ਚੜਦਾ ਰਿਹਾ। ਬਾਬੇ ਨੂੰ ਕੀ ਪਤਾ ਸੀ ਤਲਵਾਰ ਕਿੱਧਰ ਪਾਉਣੀ ਹੈ। ਅਜੇ ਗੱਲਾਂ ਕਰ ਹੀ ਰਹੇ ਸੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਛੇਵੇਂ ਪਾਤਸ਼ਾਹ ਦੇ ਖੱਬੇ ਪਾਸੇ ਵੀ ਪਾ ਦਿੱਤੀ ਵਾਹਿਗੁਰੂ ਤੇ ਆਖਿਆ ਸਿੱਖੋ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਆ ਤੇ ਗੁਰੂ ਦੇ ਹੁਕਮ ਨੂੰ ਸਮਝਣਾ ਇਹ ਬੰਦੇ ਦੇ ਵਸ ਦੀ ਗੱਲ ਨਹੀਂ ਗੀ। ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਨਾਲ ਹੀ ਸਮਝਿਆ ਜਾ ਸਕਦਾ ਹੈ। ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਆ ਤੇ ਗੁਰੂ ਦੇ ਹੁਕਮ ਦੇ ਅਜੇ ਅੰਦਰ ਇੱਕ ਹੋਰ ਭੇਦ ਛੁਪਿਆ ਜੀ। ਅਜੇ ਤੇ ਮੈਂ ਤਲਵਾਰ ਗੁਰੂ ਦੇ ਇੱਕ ਗਾਤਰੇ ਪਾਈ ਹੈ ਨਾ ਸਮਾਂ ਆਉਣਾ ਇਹਨਾਂ ਦਵਾਂ ਤਲਵਾਰਾਂ ਨੇ ਇੱਕੇ ਮਿਆਨ ਚ ਹੋ ਜਾਣਾ। ਸਿੱਖ ਫਿਰ ਗੱਲਾਂ ਕਰਨ ਲੱਗੇ ਇੱਕ ਮਿਆਨ ਦੋ ਤਲਵਾਰਾਂ ਕਿਤੇ ਰਹਿਣਗੀਆਂ। ਉਹਨਾਂ ਆਖਿਆ ਸਮਾਂ ਦੱਸੇਗਾ ਜਦੋਂ ਦੋਵਾਂ ਤਲਵਾਰਾਂ ਨੇ ਆਪਸ ਚ ਪਿੱਠਾਂ ਜੋੜੀਆਂ ਨਾ ਦੋ ਤਲਵਾਰਾਂ ਦੀਆਂ ਪਿੱਠਾਂ ਜੋੜ ਦਿਓ ਉਹ ਖੰਡੇ ਦਾ ਰੂਪ ਧਾਰਨ ਕਰ ਜਾਂਦੀਆਂ। ਉਹ ਹੀ ਖੰਡਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਦੇ ਹੱਥ ਵਿੱਚ ਪਾਇਆ ਆਇਆ ਉਹਨੇ ਜਦੋਂ ਪਾ ਕੇ ਬਾਟੇ ਵਿੱਚ ਸਤਲੁਜ ਦਾ ਜਲ ਉਹ ਦੋ ਧਾਰਾ ਖੰਡਾ ਫੇਰਿਆ ਸੀ ਨਾ ਉਹਦੀ ਧਾਰ ਇੱਕ ਮੀਰੀ ਦੀ ਸੀ ਤੇ ਇੱਕ ਪੀਰੀ ਦੀ ਸੀ। ਇਸ ਵਾਸਤੇ ਉਹਦਾ ਖਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਇਹ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਵੀ ਛੇਵੇਂ ਪਾਤਸ਼ਾਹ ਨੇ ਆਪ ਰੱਖਿਆ ਸੀ। ਆਓ ਗੁਰੂ ਕਿਰਪਾ ਕਰੇ ਕਈ ਸਲਾਹਾਂ ਬਣ ਰਹੀਆਂ ਵੀ ਕਿਹੜਾ ਪ੍ਰਸੰਗ ਲਾਈਏ। ਗੁਰੂ ਕਿਰਪਾ ਕਰੇ ਤੁਸੀਂ ਯੂਟਿਊਬ ਤੇ ਸਭ ਕੁਛ ਸੁਣਦੇ ਰਹਿੰਦੇ ਜੇ ਤੋ ਨੌਜਵਾਨਾਂ ਵੱਲੋਂ ਹੁਕਮ ਹੋਇਆ ਕਿ ਵੀਰ ਰਸ ਦਾ ਪ੍ਰਸੰਗ ਸੰਗਤਾਂ ਦੀ ਸੇਵਾ ਵਿੱਚ ਰੱਖਿਆ ਜਾਏ। ਆਓ ਗੁਰੂ ਕਿਰਪਾ ਕਰੇ ਮੈਂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦਾ ਪ੍ਰਸੰਗ ਤੁਹਾਡੇ ਸਾਹਮਣੇ ਰੱਖਣ ਲੱਗਾ। ਉਹ ਬਾਬਾ ਬੰਦਾ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਛਲੇ ਪੀਰੀਅਡ ਵਿੱਚ ਹੋਇਆ ਜਦੋਂ ਮਹਾਰਾਜ ਦੱਖਣ ਨੰਦੇੜ ਦੀ ਧਰਤੀ ਨੂੰ ਗਿਆ। ਜਿਸ ਬੰਦੇ ਦੀ ਮੈਂ ਗੱਲ ਕਰਨ ਲੱਗਾ ਇਹਦਾ ਗੋਦਾਵਰੀ ਦੇ ਕੰਢੇ ਤੇ ਆਸ਼ਰਮ ਸੀ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਹਾਦਰ ਸ਼ਾਹ ਦੇ ਨਾਲ ਦੱਖਣ ਨੰਦੇੜ ਦੀ ਧਰਤੀ ਨੂੰ ਗਿਆ ਉਹਦੀ ਨਿਜਤ ਸਤਿਗੁਰਾਂ ਨੂੰ ਫਰਕ ਜਾਪਿਆ। ਮਹਾਰਾਜ ਨੇ ਆਪਣਾ ਟੈਂਟ ਵੱਖਰਾ ਕਰ ਲਿਆ ਕਿਉਂਕਿ ਜਿਹੜੇ ਉਹਨੇ ਗੁਰੂ ਸਾਹਿਬ ਨਾਲ ਵਾਅਦੇ ਕੀਤੇ ਸੀ ਨਾ ਵੀ ਜੇ ਮੇਰੀ ਬਾਦਸ਼ਾਹ ਬਣਨ ਵਿੱਚ ਸਤਿਗੁਰੂ ਤੁਸੀਂ ਮਦਦ ਕਰੋ ਤੇ ਜਿਨ੍ਹਾਂ ਨੇ ਵੀ ਤੁਹਾਨੂੰ ਕਸ਼ਟ ਪਹੁੰਚਾਏ ਆ ਸਾਰਿਆਂ ਨੂੰ ਫੜ ਕੇ ਮੈਂ ਤੁਹਾਡੇ ਹਵਾਲੇ ਕਰੂੰਗਾ ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਹੋਏ। ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੀ ਮਦਦ ਲੈ ਕੇ ਤਾਰਾ ਆਜ਼ਮ ਨੂੰ ਜਿੱਤ ਕੇ ਮੁਅੱਜ਼ਮ ਬਹਾਦਰ ਸ਼ਾਹ ਦਾ ਲਕਬ ਲੈ ਕੇ ਦਿੱਲੀ ਦੇ ਤਖ਼ਤ ਤੇ ਬੈਠਾ। ਜਦੋਂ ਗੁਰੂ ਸਾਹਿਬ ਦੇ ਨਾਲ ਦੱਖਣ ਨੰਦੇੜ ਨੂੰ ਗਿਆ ਉਹ ਆਪਣੇ ਕੀਤਿਆਂ ਵਾਅਦਿਆਂ ਤੋਂ ਭੁੱਲ ਹੀ ਗਿਆ। ਅੱਜ ਵੀ ਵੇਖਿਆ ਮੈਂ ਕੋਈ ਲੀਡਰ ਜਦੋਂ ਵੋਟਾਂ ਲੈਣ ਆਉਂਦਾ ਨਾ ਉਹਦੇ ਬਿਆਨ ਬੜੇ ਹੁੰਦੇ ਆ ਪਰ ਜਦੋਂ ਉਹਨੂੰ ਸੀਟ ਮਿਲ ਜਾਂਦੀ ਉਹ ਸਭ ਕੁਝ ਭੁੱਲ ਜਾਂਦਾ ਜਨਤਾ ਨੂੰ। ਬਹਾਦਰ ਸ਼ਾਹ ਨੇ ਵੀ ਇਸ ਤਰ੍ਹਾਂ ਕੀਤਾ ਆਪਣੇ ਮੰਤਰੀ ਮੰਡਲ 'ਚ ਘਿਰ ਗਿਆ ਤੇ ਕੀਤੇ ਵਾਅਦਿਆਂ ਤੋਂ ਭੁੱਲ ਹੀ ਗਿਆ ਤੇ ਮਹਾਰਾਜ ਦੇ ਗਾੜੀ ਇੱਕ ਹੀਰਾ ਰੱਖਿਆ ਵੀ ਹੀਰਾ ਲੈ ਲਓ ਤੇ ਚੁੱਪ ਕਰ ਜਾਓ। ਮਹਾਰਾਜ ਨੇ ਹੀਰਾ ਵਗਾ ਕੇ ਨਦੀ ਵਿੱਚ ਮਾਰਿਆ ਆਖਿਆ ਓਏ ਬਹਾਦਰ ਸ਼ਾਹ ਤੂੰ ਇਹ ਦੁਨੀਆ ਖਰੀਦ ਸਕਦਾ ਪਰ ਗੋਬਿੰਦ ਸਿੰਘ ਨੂੰ ਨਹੀਂ। ਸੱਚ ਹੈ ਮਹਾਰਾਜ ਨੇ ਆਪਣਾ ਟੈਂਟ ਉਹਨਾਂ ਤੋਂ ਵੱਖਰਾ ਕਰ ਲਿਆ। ਸਿਆਲ ਦੇ ਦਿਨ ਸਨ ਤੇ ਇਹਦੇ ਡੇਰੇ ਤੇ ਚਲੇ ਗਏ। ਇਹਦੇ ਚੇਲਿਆਂ ਨੇ ਇਹਦਾ ਨਾਮ ਮਾਧੋ ਦਾਸ ਰੱਖਿਆ ਸੀ ਤੇ ਡੇਰੇ ਤੇ ਤਾਂ ਗਏ
ਵੀ ਦਾਦੂ ਪੰਥੀਆਂ ਦੇ ਮਹੰਤ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸ ਦਿੱਤਾ ਵੀ ਮਹਾਰਾਜ ਇੱਕ ਬਰਾਗੀ ਸਾਧੂ ਦਾ ਡੇਰਾ ਜੇ ਵੇਖਿਓ ਕਿਤੇ ਉਧਰ ਨਾ ਚਲੇ ਜਿਓ। ਉਹਨਾਂ ਆਖਿਆ ਕਿਉਂ? ਆਂਦਾ ਮਹਾਰਾਜ ਬੰਦੇ ਦੀ ਬਿਜਤੀ ਬੜੀ ਕਰਦਾ ਜੀ, ਪਹਿਲਾਂ ਤੇ ਪਲੰਘੇ ਤੇ ਬਿਠਾ ਲੈਂਦਾ, ਫਿਰ ਚੁੱਕ ਕੇ ਪਲੰਘਾ ਮੂਧਾ ਕਰਦਾ, ਤੇ ਆਂਦਾ ਜੇ ਤੈਨੂੰ ਮੇਰੇ ਕੋਲ ਬਚਣ ਦੀ ਜਾਚ ਨਹੀਂ ਤੇ ਫਿਰ ਸਾਧ ਕਿਉਂ ਬਣਿਆ ਸੀ। ਆਂਦਾ ਬੜਾ ਬੇਪਤ ਕਰਕੇ ਮਹਾਰਾਜ ਬੰਦੇ ਨੂੰ ਡੇਰੇ ਚੋਂ ਕੱਢਦਾ ਜੀ। ਇਹ ਗੱਲ ਜੈਤ ਰਾਮ ਨੇ ਗੁਰੂ ਸਾਹਿਬ ਨੂੰ ਦੱਸਤੀ। ਮਹਾਰਾਜ ਨੇ ਆਖਿਆ ਵੀ ਜਿਹੜਾ ਏਦਾਂ ਕਰਦਾ ਇਹਦਾ ਮਤਲਬ ਵੀ ਉਹ ਬਹੁਤ ਤਗੜਾ ਵਾ, ਤੇ ਤਗੜੇ ਤੇ ਵਿਗੜੇ ਬੰਦੇ ਤੇ ਮੈਨੂੰ ਚਾਹੀਦੇ ਆ, ਜਿਹਨਾਂ ਨੂੰ ਫੜ ਕੇ ਮੈਂ ਬੰਦਿਆਂ ਬਣਾ ਦਿਆਂ। ਕਿਉਂਕਿ ਗੁਰੂਆਂ ਦਾ ਮੁੱਢ ਤੋਂ ਸਿਧਾਂਤ ਸੀ ਜੇ ਉਹਨਾਂ ਨੇ ਕੌਡੇ ਰਾਕਸ਼ਸ ਨੂੰ ਫੜਿਆ ਸਿੱਖੀ ਦਾ ਪ੍ਰਚਾਰ ਬਣਾ ਕੇ ਰੱਖ ਦਿੱਤਾ, ਜੇ ਸੱਜਣ ਠੱਗ ਨੂੰ ਫੜਿਆ ਸੱਜਣ ਠੱਗ ਨੂੰ ਮਾਰਨੇ ਸੱਜਣ ਸੰਤ ਬਣਾ ਕੇ ਰੱਖ ਦਿੱਤਾ। ਮਹਾਰਾਜ ਕਹਿਣ ਲੱਗੇ ਵੀ ਇਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਆ, ਇਹਦੇ ਡੇਰੇ ਤੇ ਚਲੇ ਗਏ। ਇਹ ਡੇਰੇ ਵਿੱਚ ਆਪ ਨਹੀਂ ਸੀ, ਮਾਧੋ ਦਾਸ ਗਦਾਵਰੀ ਦੇ ਕੰਢੇ ਤੇ ਗਿਆ ਸੀ, ਡੇਰੇ ਵਿੱਚ ਇਹਦੇ ਚੇਲੇ ਸਨ। ਜਦੋਂ ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਉਹਨਾਂ ਨੂੰ ਐਂ ਲੱਗਾ ਵੀ ਜਿਸ ਤਰ੍ਹਾਂ ਕਿਸੇ ਰਿਆਸਤ ਦਾ ਬਾਦਸ਼ਾਹ ਆ ਗਿਆ ਹੋਵੇ। ਮਹਾਰਾਜ ਲਬਾਸ ਕਰਕੇ ਬਾਦਸ਼ਾਹ ਵਰਗੇ ਸਨ, ਮਨ ਕਰਕੇ ਉਹ ਫਕੀਰਾਂ ਵਰਗੇ ਸਨ, ਸ਼ਸਤਰਧਾਰੀ ਨਾਲ ਸਤਿਗੁਰਾਂ ਦੇ ਸਿੰਘ ਸਨ। ਆਂਦੇ ਕਿਸੇ ਨੇ ਇੱਥੇ ਬੱਕਰਾ ਚੜਾਇਆ ਸੀ, ਸਿੰਘਾਂ ਨੇ ਗੁਰੂ ਦੇ ਕੋਲੋਂ ਆਗਿਆ ਲੈ ਕੇ, ਭਾਵੇਂ ਸਾਰੇ ਸਰੋਤੇ ਸਾਰਾ ਸਿੱਖ ਜਗਤ ਇਹਦੇ ਨਾਲ ਸਹਿਮਤ ਨਹੀਂ, ਪਰ ਇਤਿਹਾਸ ਇਸ ਨੂੰ ਤਸਦੀਕ ਕਰਦਾ ਹੈ ਕਿ ਇੱਥੇ ਬੱਕਰਾ ਝਟਕਿਆ ਗਿਆ। ਇੱਥੋਂ ਹੀ ਤੇ ਗੱਲ ਛਿੜੀ ਸੀ। ਵੱਡੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੈਂ ਉਹਨਾਂ ਦੀ ਕਥਾ ਸੁਣ ਰਿਹਾ ਸਾਂ। ਉਹ ਦੱਸ ਰਹੇ ਸੀ ਇੱਕ ਵਾਰ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡ ਕੇ ਆਏ ਤੇ ਕੇਸੋ ਦਾਸ ਪੰਡਿਤ ਨੇ ਆਖਿਆ, ਮਹਾਰਾਜ ਜੀ ਇਹ ਦੇਵਤਿਆਂ ਨੂੰ ਪੂਜਣ ਦਾ ਵੇਲਾ ਤੇ ਤੁਸੀਂ ਜਾਨਵਰ ਮਾਰ ਕੇ ਲੈ ਜੇ। ਮਹਾਰਾਜ ਕਹਿਣ ਲੱਗੇ, ਸਿੱਖੋ ਘੋੜਿਆਂ ਦੀਆਂ ਕਾਠੀਆਂ ਨਾਲੋਂ ਹਾਥੀਆਂ ਦੀਆਂ ਹੋਲਿਆਂ ਦੇ ਨਾਲੋਂ ਜਾਨਵਰਾਂ ਨੂੰ ਖੋਲ ਦਿੱਤਾ ਜਾਵੇ, ਜਦੋਂ ਉਹ ਖੋਲੇ ਉਹ ਸਾਰੇ ਦੇ ਸਾਰੇ ਜਿੰਦਾ ਹੋ ਗਏ। ਜਿਹੜਾ ਗੁਰੂ ਮਾਰਦਾ ਨਾ ਉਹ ਜਵਾਲਣ ਦੀ ਸ਼ਕਤੀ ਪਹਿਲਾਂ ਵਿੱਚ ਰੱਖਦਾ, ਪੰਜਾਂ ਦੇ ਸਿਰ ਕੱਟ ਕੇ ਉਹਨਾਂ ਨੂੰ ਫਿਰ ਸੁਰਜੀਤ ਕਰ ਦੇਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੱਡੀ ਕਰਾਮਾਤ ਸੀ। ਇੱਕ ਇੱਕ ਬੰਦੇ ਦੇ ਪਹਿਲਾਂ ਦਸ ਦਸ ਗੁਰੂ ਹੋਇਆ ਕਰਦੇ ਸੀ। ਜੇ ਗੁਰੂ ਇਸ ਤਰ੍ਹਾਂ ਨਾ ਕਰਦੇ ਅੱਜ ਅਸੀਂ ਇਸ ਤਰ੍ਹਾਂ ਦੇ ਨਾ ਹੁੰਦੇ। ਇਹ ਗੁਰੂ ਦੀ ਮੌਜ ਸੀ ਜੋ ਕੀਤਾ, ਇਹ ਕੌਤਕ ਕੀਤਾ ਸਤਿਗੁਰਾਂ ਨੇ ਉਹਦੀ ਸੁੱਤੀ ਆਤਮਾ ਨੂੰ ਝਜੋੜਨ ਵਾਸਤੇ। ਜਿਸ ਵੇਲੇ ਉਹਦੇ ਚੇਲਿਆਂ ਨੇ ਸਭ ਕੁਝ ਵੇਖਿਆ ਤੇ ਜਾ ਕੇ ਮਾਧੋ ਦਾਸ ਨੂੰ ਦੱਸਿਆ ਵੀ ਤੂੰ ਇੱਥੇ ਸਮਾਧੀ ਲਾ ਕੇ ਬੈਠਾ ਤੇ ਤੇਰਾ ਡੇਰਾ ਸਾਰਾ ਭ੍ਰਿਸ਼ਟ ਕਰਤਾ ਜੀ। ਉਹਨੇ ਆਖਿਆ ਕਿਨ? ਉਹਨੇ ਆਖਿਆ ਇੱਕ ਸ਼ਹਿਜ਼ਾਦਾ ਕਿਸਮ ਦਾ ਆਦਮੀ ਆ ਗਿਆ, ਨਾਲ ਉਹਦੇ ਸ਼ਸਤਰਧਾਰੀ ਸਿੰਘ ਆ, ਸਾਰੇ ਡੇਰੇ 'ਚ ਖੂਨ ਖਰਾਬਾ ਹੋ ਗਿਆ। ਇਹਨੂੰ ਬੜਾ ਗੁੱਸਾ ਚੜਿਆ, ਇਹਨੇ ਜਿਹੜੇ ਵੀਰ ਵਸ ਕੀਤੇ ਸੀ ਨਾ ਸਾਰਿਆਂ ਨੂੰ ਇਕੱਠਿਆਂ ਕੀਤਾ। ਇਹਨੇ ਆਖਿਆ ਮਾਰੋ ਉਸ ਬੰਦੇ ਨੂੰ ਪਟਕਾ ਕੇ ਪਲੰਘੇ ਤੋਂ ਥੱਲੇ ਜਿਹੜਾ ਮੇਰੇ ਆ ਕੇ ਆਸਣ ਤੇ ਬਹਿ ਗਿਆ। ਵੀਰਾਂ ਨੇ ਬੜੀ ਤਾਕਤ ਲਾਈ, ਪਰ ਉਧਰ ਅਨੰਤ ਸ਼ਕਤੀਆਂ ਦੇ ਮਾਲਕ ਕਲਗੀਧਰ ਪਾਤਸ਼ਾਹ ਪਲੰਘੇ ਤੇ ਆਪ ਬੈਠੇ ਸੀ, ਕੋਈ ਆਮ ਮਨੁੱਖ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਵੀ ਇਹਦਾ ਪਲੰਘਾ ਜਿਹੜਾ ਨਾ ਉਹਦੇ ਪਾਵੇ ਜ਼ਮੀਨ ਤੋਂ ਤਾਂ ਹੀ ਚੁੱਕੇ ਰਹਿੰਦੇ ਹੁੰਦੇ ਸੀ, ਇੰਨੀਆਂ ਰਿਧੀਆਂ ਸਿੱਧੀਆਂ ਵਸ ਕੀਤੀਆਂ ਸੀ, ਕਿਸੇ ਜਾਨਵਰ ਦੀ ਵੀ ਜਾਨ ਨਹੀਂ ਸੀ ਵੀ ਕਿਸੇ ਫਲ ਨੂੰ ਵੀ ਕੁੱਠੂਗਾ ਮਾਰ ਦੇ। ਇਹਨਾਂ ਹਰ ਚੀਜ਼ ਨੂੰ ਇਹਨੇ ਵਸ ਵਿੱਚ ਕੀਤਾ ਸੀ। ਜਦੋਂ ਵੀਰਾਂ ਦੇ ਕੋਲੋਂ ਪਲੰਘਾ ਲਿਆ ਤੱਕ ਨਹੀਂ, ਇਹਨੇ ਸੋਚਿਆ ਵੀ ਇਹ ਤੇ ਕੋਈ ਬਹੁਤ ਵੱਡੀ ਤਾਕਤ ਦਾ ਮਾਲਕ ਆ ਗਿਆ। ਦੌੜਿਆ ਦੌੜਿਆ ਡੇਰੇ 'ਚ ਆਪ ਆ ਗਿਆ, ਸਾਰਾ ਡੇਰਾ ਵੇਖਿਆ। ਇਹਨੇ ਸੋਚਿਆ ਵੀ ਇਹਨਾਂ ਦੇ ਪਹਿਲਾਂ ਲੀਡਰ ਨੂੰ ਹੀ ਮਿਲਣਾ ਚਾਹੀਦਾ। ਮਹਾਰਾਜ ਦੇ ਸਾਹਮਣੇ ਆ ਕੇ ਖਲੋ ਗਿਆ। ਸਤਿਗੁਰੂ ਕਹਿਣ ਲੱਗੇ, ਆ ਵੀ ਤੈਨੂੰ ਮਿਲਣ ਵਾਸਤੇ ਆਏ ਆ। ਵਾਹਿਗੁਰੂ। ਉਹਨੇ ਆਖਿਆ ਮਿਲਣ ਦੀ ਗੱਲ ਤੇ ਕਰਾਂਗੇ ਬਾਅਦ 'ਚ, ਜੋ ਤੁਸੀਂ ਇੱਥੇ ਕੀਤਾ ਇਹਦਾ ਮੈਨੂੰ ਜਵਾਬ ਦਿਓ। ਤੁਹਾਨੂੰ ਪਤਾ ਨਹੀਂ ਮੈਂ ਇੱਕ ਵੈਸ਼ਨੂ ਤੇ ਵਿਰਾਗੀ ਹਾਂ ਤੇ ਤੁਸੀਂ ਇੱਥੇ ਆ ਕੇ ਖੂਨ ਖਰਾਬਾ ਕਰਦਾ ਜੇ। ਮਹਾਰਾਜ ਕਹਿਣ ਲੱਗੇ ਵੀ ਖੂਨ ਤੇ ਔਸ ਨੁੱਕਰੇ ਡੁੱਲਿਆ ਤੇ ਤੇਰਾ ਬਹਿਣ ਵਾਲੀ ਜਗ੍ਹਾ ਤੇ ਬੜੀ ਦੂਰ ਆ, ਇੱਥੋਂ ਤੱਕ ਤੇ ਖੂਨ ਆਇਆ ਨਹੀਂ ਗਾ, ਤੇ ਤੇਰਾ ਆਸ਼ਰਮ ਕਿਸ ਤਰ੍ਹਾਂ ਭ੍ਰਿਸ਼ਟ ਹੋ ਗਿਆ? ਆਂਦਾ ਮਹਾਰਾਜ ਜਿੱਥੇ ਖੂਨ ਡੁੱਲ ਜੇ ਨਾ ਉਹ ਸਾਰੀ ਧਰਤੀ ਅਪਵਿੱਤਰ ਹੋ ਜਾਂਦੀ ਆ, ਇਹ ਮੇਰੇ ਰਹਿਣ ਦੇ ਕਾਬਲ ਦਾ ਹੀ ਨਹੀਂ ਰਹਿ ਗਿਆ। ਮਹਾਰਾਜ ਹੱਸ ਪਏ ਤੇ ਕਹਿਣ ਲੱਗੇ ਵੀ ਆ ਗਿਆ ਪਕੜ ਵਿੱਚ।
ਕਹਿਣ ਲੱਗਿਆ ਜਿਹੜਾ ਤੇਰਾ ਆਸ਼ਰਮ ਹੈ ਦੇਸ਼ ਦੀ ਧਰਤੀ ਤੇ ਹੈ ਨਾ। ਕਹਿਣ ਲੱਗਾ ਜੀ ਹਾਂ। ਮਹਾਰਾਜ ਕਹਿੰਦੇ ਖੂਨ ਉਧਰ ਡੁੱਲਿਆ, ਆਸ਼ਰਮ ਇਧਰ ਭ੍ਰਿਸ਼ਟ ਹੋ ਗਿਆ, ਤੇ ਤੇਰਾ ਆਸ਼ਰਮ ਤੇ ਦੇਸ਼ ਦੀ ਧਰਤੀ ਤੇ ਹੈ ਨਾ, ਇਸ ਦੇਸ਼ ਦੀ ਧਰਤੀ ਤੇ ਬੇਗਨਾਵਾਂ ਦੇ ਖੂਨ ਦੇ ਦਰਿਆ ਵਹਿਣ ਡਿਆ, ਉਹ ਤੇਰਾ ਆਸ਼ਰਮ ਕਿਤਨਾ ਸੁੱਚਾ ਰਹਿ ਗਿਆ। ਅੱਖਾਂ ਖੁੱਲ ਗਈਆਂ ਦਾ ਮਹਾਰਾਜ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਹੈ ਕੌਣ ਜੇ? ਇਹਦਾ ਜਵਾਬ ਸਤਿਗੁਰਾਂ ਨੇ ਆਪਣਾ ਪਰਿਚੇ ਦੇ ਕੇ ਨਹੀਂ ਦਿੱਤਾ। ਉਹਨਾਂ ਆਖਿਆ ਮੈਂ ਉਹ ਹਾਂ ਜਿਹਨੂੰ ਤੂੰ ਜਾਣਦਾ। ਮੈਂ ਕਿਹਨੂੰ ਜਾਣਦਾ? ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਇਹਦੇ ਬਚਪਨ ਤੋਂ ਲੈ ਕੇ ਜੋ ਜੋ ਇਹ ਕਰਦਾ ਰਿਹਾ, ਜਿਹੜੇ ਜਿਹੜੇ ਨੇ ਗੁਰੂ ਧਾਰੇ, ਉਹ ਸਾਰਾ ਸੀਨ ਅੰਤਰਜਾਮੀ ਸਤਿਗੁਰੂ ਅੱਖਾਂ ਸਾਹਮਣੇ ਖੋਲ ਕੇ ਇੰਜ ਸੁਣਾ ਰਹੇ ਬਾਈ। ਯਾਦ ਕਰ ਪਹਿਲਾਂ ਤੂੰ ਪੁਣਸ ਦੇਸ਼ ਨੂੰ, ਦੇਸ਼ ਛੱਡ ਆ ਗਿਆ ਇੱਥੇ ਪਰਦੇਸ ਨੂੰ। ਓ ਖਣ ਦਣ ਮੱਲੀ ਨਿਗਾ ਮਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਯਾਦ ਕਰ ਪਹਿਲਾਂ ਤੂੰ ਪੁਣਸ ਦੇਸ਼ ਨੂੰ, ਦੇਸ਼ ਛੱਡ ਆ ਇੱਥੇ ਪਰਦੇਸ ਨੂੰ। ਓ ਖਣ ਦਣ ਮੱਲੀ ਨਿਗਾ ਮਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਕਰਕੇ ਨਿਸ਼ਾਨਾ ਮਾਰ ਲਿਓ ਹਰਨੀ, ਕਰਕੇ ਨਿਸ਼ਾਨਾ ਮਾਰ ਲਿਓ ਹਰਨੀ, ਬੱਚਿਆਂ ਸਿਖਾ ਤੇ ਤੈਨੂੰ ਦਇਆ ਕਰਨੀ। ਉਦ ਛੱਡ ਦਿੱਤਾ ਤੂੰ ਸ਼ਿਕਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਧਰਮ ਪਿੱਛੇ ਛੱਡਤਾ ਫੁੱਲਾਂ ਦੀ ਸੇਜ ਨੂੰ, ਮਿੱਟੀ ਚ ਮਲਾ ਲਿਆ ਹੁਸਨ ਤੇਜ ਨੂੰ। ਹੋ ਗਿਆ ਬਿਨਾਂ ਖੰਭਾਂ ਦੀ ਉਡਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਪਲ ਦਾ ਟਿਲੇ ਤੇ ਜਿਵੇਂ ਪੂਰਨ ਜਤੀ, ਗੁਰੂ ਬਾਜੋ ਤੇਰੀ ਸਾਦਾ, ਗੁਰੂ ਬਾਜੋ ਤੇਰੀ ਸਾਦਾ ਹੋਣੀ ਨੀ ਗਤੀ। ਓ ਜਾਣਕੀ ਨੂੰ ਗੁਰੂ ਨੀ ਅਤਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਬੰਦਗੀ ਗਵਾਲੀ ਸਾਦਾ 36 ਸਾਲ ਦੀ। ਓ ਖੁਸ਼ ਨਿਗਤੀ ਤੂੰ ਕਰਤਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਪੰਜ ਪਾਂਡੂ ਹੋਏ ਜਾਂ ਬਲੀ ਦੇ ਜਿਹੜੇ ਦੇ, ਹਾਰ ਗਏ ਸੀ ਕਰਵਾਨਾ ਪਾਸ਼ਾ ਖੇਡ ਦੇ। ਚੂਹੇ ਚ ਹਰਾਲੀ ਉਹਨਾਂ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਪੁੱਛ ਲੈ ਤੂੰ ਜਾ ਕੇ ਜਾਂ ਫਰੀਦ ਸ਼ੇਖ ਨੂੰ, ਰੇਖ ਵਿੱਚ ਜਿਸਨੇ ਲਗਾਤਾ ਮੇਖ ਨੂੰ। ਓ ਚਿੜੀਆਂ ਨਾ ਮਾਰੇ ਕੀ ਉਡਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਵਿਕਿਆ ਬਾਜ਼ਾਰ ਵਿੱਚ ਬਣ ਬਾਰਦਾ, ਇੱਕ ਅੱਡੀ ਮੁੱਲ ਪਿਆ ਬਾਜ਼ਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਤਾਂ ਬਲਵੰਡਾ ਜੋ ਗੁਰੂ ਕੇ ਰੰਗ ਸੀ, ਰੁਸ ਤੁਰੇ ਗੁਰੂ ਨਾਲੋਂ, ਰੁਸ ਤੁਰੇ ਗੁਰੂ ਘਰੋਂ ਹੋ ਕੇ ਬਾਗੀ ਸੀ। ਓ ਸਿੱਖਾਂ ਨੂੰ ਵਜਾਉਣੀ ਆ ਗਈ ਤਾਰ ਸਾਧੂਆ, ਕੱਖ ਰਿਣ ਦਿੰਦਾ ਨੀ ਹੰਕਾਰ ਸਾਧੂਆ। ਸਭ ਨਾਲੋਂ ਹੁੰਦੀ ਫਕੀਰੀ ਔਖੀ ਜੀ, ਆ ਗੱਲਾਂ ਨਾਲ ਦੁਨੀਆ ਬਣਾਉਂਦੀ ਸੁੱਖ।
ਸੁਖੀ ਜੀ ਫੋਕੀਆਂ ਬਣਾਉਣਾ ਇਹ ਵੀ ਮਾਰ ਸਾਧੂਆ ਕੱਖ ਰੇਣ ਦਿੰਦਾ ਨੀ ਹੰਕਾਰ ਸਾਧੂਆ ਜੋਗੀ ਵਾਲਾ ਫੇਰਾ ਅਸੀਂ ਪਾ ਕੇ ਚੱਲੇ ਸੁਖੀ ਵਸ ਸੁਖੀ ਤੁਸੀਂ ਵਸ ਦੇ ਪਲੇ ਓ ਮੋਣ ਸਿੰਘ ਗੁਰੂ ਨੀ ਤਿਆਰ ਸਾਧੂਆ ਕੱਖ ਰੇਣ ਦਿੰਦਾ ਨੀ ਹੰਕਾਰ ਸਾਧੂਆ ਬੇਨਤੀ ਆਈ ਹੈ ਭੈਣਾਂ ਸਿਆਣੀਆਂ ਉੱਠਣ ਲੋਹ ਤੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਨ ਗੁਰੂ ਕਿਰਪਾ ਕਰੇ ਨੌਜਵਾਨਾਂ ਦਾ ਮੇਰੇ ਵੀਰ ਅੰਤਾਂ ਦਾ ਪਿਆਰ ਬਖਸ਼ਣ ਵਾਲੇ ਭਾਈ ਅਮਰਜੀਤ ਸਿੰਘ ਜੀ ਔਰ ਉਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਦੇ ਪਿਆਰ ਦਾ ਸਦਕਾ ਭਾਵੇਂ ਸਾਡੇ ਕੋਲ ਸਮਾਂ ਨਹੀਂ ਸੀ ਅੱਜ ਦੋ ਪ੍ਰੋਗਰਾਮ ਪਹਿਲਾਂ ਭੁਗਤਾ ਕੇ ਆਏ ਹਾਂ ਇਹਨਾਂ ਦਾ ਪਿਆਰ ਸੀ ਗੁਰੂ ਕਿਰਪਾ ਕਰੇ ਇਹਨਾਂ ਨੂੰ ਅਸੀਂ ਨਾ ਵੀ ਨਹੀਂ ਕਰ ਸਕਦੇ ਤਾਂ ਤੁਹਾਡੇ ਪਿਆਰ ਦੇ ਵਧੇ ਹੋਏ ਗੁਰੂ ਕਿਰਪਾ ਕਰੇ ਕਿੰਨਾ ਤੁਹਾਡਾ ਸੰਗਤਾਂ ਨਾਲ ਸੁਨੇਹ ਹੈ ਦਰਬਾਰ ਭਰਿਆ ਗੁਰੂ ਦੀ ਕਿਰਪਾ ਦੇ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਇੱਥੇ ਜਿਉ ਆਇਆ ਤੇ ਭਾਈ ਭੈਣਾਂ ਨੂੰ ਬੇਨਤੀ ਹੈ ਜਿਹੜਾ ਲੋਹ ਦਾ ਸੇਕ ਲੈਣਗੀਆਂ ਨਾ ਉਹਦਾ ਅੰਦਰਲਾ ਸੇਕ ਸਾਰਾ ਨਿਕਲ ਜਾਏਗਾ ਇਹ ਬੜੀ ਵੱਡੀ ਸੇਵਾ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਰਾਜ ਨਾ ਲਈਏ ਉਹ ਰਾਜੇ ਤੇ ਮਹਾਰਾਜੇ ਵੀ ਸੁਖ ਨਹੀਂ ਮਾਣ ਸਕਦੇ ਜਿਹੜਾ ਗੁਰੂ ਕੀ ਸੇਵਾ ਵਿੱਚੋਂ ਮਿਲਦਾ ਵਾਹਿਗੁਰੂ ਇੱਕ ਵਾਰ ਬਾਬਾ ਮੈਨੂੰ ਚੇਤਾ ਆ ਗਿਆ ਬਾਬਾ ਦੀਪ ਸਿੰਘ ਜੀ ਜੂਠੇ ਭਾਂਡੇ ਮਾਰ ਰਹੇ ਸੀ ਲੰਗਰ ਦੇ ਜੂਠੇ ਭਾਂਡੇ ਅੱਜ ਅਸੀਂ ਭਾਂਡੇ ਮਾਂਜਣ ਤੋਂ ਇਕੰਨੀ ਕਰਦਾਉਣੇ ਵੀ ਦੂਜਾ ਵੀ ਸਾਡੇ ਹੀ ਚੁੱਕੇ ਲੈ ਜੇ ਪਰ ਬਾਬਾ ਦੀਪ ਸਿੰਘ ਜੀ ਐਡੀਆਂ ਡਿਗਰੀਆਂ ਹਾਸਲ ਕਰਕੇ ਭਾਂਡਿਆਂ ਦੀ ਸੇਵਾ ਕਰ ਰਹੇ ਸਨ ਤੇ ਇੱਕ ਸਰਬਲੋ ਦੇ ਬਾਟੇ ਨੂੰ ਵਾਰ ਵਾਰ ਮਾਂਜੀ ਜਾ ਰਹੇ ਸੀ ਵਾਰ ਵਾਰ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਆ ਜਦੋਂ ਉਹਨੇ 5-7 ਵਾਰ ਬਾਟੇ ਨੂੰ ਮਾਂਜਿਆ ਤੇ ਮਹਾਰਾਜ ਕਹਿਣ ਲੱਗੇ ਉਹ ਦੀਪ ਸਿੰਘਾ ਬਾਟਾ ਮਾਂਜਦਾ ਬਾਟਾ ਆਂਦਾ ਨਹੀਂ ਜੀ ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ ਹੁਣ ਫਿਰ ਤੂੰ ਕੀ ਮਾਂਜਦਾ ਆਂਦਾ ਸਤਿਗੁਰੂ ਜੀ ਹੁਣ ਤੇ ਮੈਂ ਆਪਣਾ ਮਨ ਮਾਂਜਦਾ ਮਨ ਉਹ ਤੈਨੂੰ ਕਿਤਨਾ ਪਤਾ ਲੱਗੂ ਇਹ ਤੇਰਾ ਮਨ ਮਾਂਜਿਆ ਗਿਆ ਆਂਦਾ ਮਹਾਰਾਜ ਜਦੋਂ ਮੈਂ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਨਾ ਨਾ ਇਹਦੇ ਵਿੱਚੋਂ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਤੇਰੇ ਅੰਦਰ ਅਜੇ ਹੋਮੇ ਹੈਗੀ ਆ ਮਹਾਰਾਜ ਜੀ ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝ ਲੂੰਗਾ ਮੇਰੀ ਸੇਵਾ ਮੁਕੰਮਲ ਹੋ ਗਈ ਸਤਿਗੁਰ ਨੇ ਚੌਕੇ ਛਾਤੀ ਨਾਲ ਲਾਇਆ ਆਖਿਆ ਮੰਗ ਪੁੱਤਰ ਦੀਪ ਸਿੰਘਾ ਦੋ ਤੈਨੂੰ ਚਾਹੀਦਾ ਮੈਂ ਉਹ ਦੇ ਦੇਣਾ ਸਿੰਘੋ ਮੰਗਣਾ ਵੀ ਸਾਰਿਆਂ ਨੂੰ ਆਉਂਦਾ ਆਂਦਾ ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਅੰਤ ਸਮਾਂ ਧਰਮ ਯੁੱਧ ਦੇ ਵਿੱਚ ਹੋਵੇ ਇਹ ਵਾਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪ ਮੰਗ ਕੇ ਲਿਆ ਸੀ ਤੇ ਕਿੱਡੀ ਮਹਾਨ ਸੇਵਾ ਉਹਨਾਂ ਨੇ ਕੀਤੀ ਆਓ ਇਹ ਪ੍ਰਸੰਗ ਮੈਂ ਜੋ 20ਵੀਂ ਸਦੀ ਦੇ ਮਹਾਨ ਯੋਧੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਵੀ ਕਵਿਤਾਵਾਂ ਤੁਹਾਡੇ ਸਾਹਮਣੇ ਜੋ ਹੋਰ ਮੈਨੂੰ ਸੰਗਤਾਂ ਵੱਲੋਂ ਹੁਕਮ ਹੋਇਆ ਕਹਿਣ ਦਾ ਯਤਨ ਕਰੂੰਗਾ ਆਹ ਜੋ ਮੈਂ ਪ੍ਰਸੰਗ ਕਹਿ ਰਿਹਾ ਸਾਂ ਜਿਸ ਵੇਲੇ ਕਲਗੀਧਰ ਪਾਤਸ਼ਾਹ ਨੇ ਇਹਦੇ ਬਚਪਨ ਤੋਂ ਲੈ ਕੇ ਸਾਰਾ ਅੱਖਾਂ ਸਾਹਮਣੇ ਸੀਨ ਸੁਣਾਇਆ ਹੈਰਾਨ ਰਹਿ ਗਿਆ ਦਾ ਮਹਾਰਾਜ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਹੈ ਕੌਣ ਜੀ ਮਹਾਰਾਜ ਕਹਿਣ ਲੱਗੇ ਮੈਂ ਉਹ ਆ ਜਿਹਨੂੰ ਤੂੰ ਜਾਣਦਾ ਵਾਂ ਮੈਂ ਕਿਹਨੂੰ ਜਾਣਦਾ ਮਹਾਰਾਜ ਕਹਿਣ ਲੱਗੇ ਅੰਤਰ ਧਿਆਨ ਹੋ ਕੇ ਵੇਖ ਜਦੋਂ ਉਹਨੇ ਅੰਤਰ ਧਿਆਨ ਹੋ ਕੇ ਵੇਖਿਆ ਨਾ ਤੇ ਆਂਦਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਕਹਿਣ ਲੱਗੇ ਹਾਂ ਤੂੰ ਕੌਣ ਆ ਮਹਾਰਾਜ ਮੈਂ ਅੱਗੇ ਤੇ ਮਾਧੋ ਦਾਸ ਬਰਾਗੀ ਸਾਂ ਤੇ ਜਿੰਨੇ ਗਨਾਹ ਜੁੜੇ ਸੀ ਮੇਰੇ ਇਸ ਨਾਂ ਦੇ ਨਾਲ ਜੁੜੇ ਸੀ ਚਰਨ ਫੜ ਕੇ ਆਂਦਾ ਮਹਾਰਾਜ ਜੀ ਅੱਜ ਤੋਂ ਮੈਂ ਤੁਹਾਡਾ ਬੰਦਾ ਬਣ ਗਿਆ ਮਹਾਰਾਜ ਕਹਿਣ ਲੱਗੇ ਜੇ ਸਾਡਾ ਬੰਦਾ ਬਣਨਾ ਹੀ ਨਾ ਫਿਰ ਤੈਨੂੰ ਸਾਡੀ ਸ਼ਰਤ ਵਿੱਚੋਂ ਲੰਘਣਾ ਪੈਣਾ ਹੀ ਸਿੰਘੋ ਇਹ ਸ਼ਰਤ ਗੁਰੂ ਨੇ ਸਾਡੇ ਸਾਰਿਆਂ ਤੇ ਲਾਈ ਆ
जे चाहते ना तो बंदा सिंह अपने नाल उतना भी तोर सकते सी। उन्हें आख्या जे साडा बंदा घोना ही ना फिर तेनू खंडे बाटे का अमर छकना पऊगा। सिंगो इतिहास प्रेरणा स्रोत हुंदे आ जिन्हां ने अजे तक खंडे बाटे का अमृत नहीं ना छकिया वह खंडे बाटे का अमृत छको। अमृत पीवो सदा चिर जीवो। जिन्हां ने सदा वास्ते जीना ना वह खंडे बाटे का अमृत छको। गुरु वाले बनो सतगुर बाजो गुरनी कोई गुरे का है गुरे का है नौ बुरा नौ बुरा पथ मरैत जय जान खंडे की पौल छके पौल छके सोई सिंह प्रदान अवरना अवरना पौल जो ले पौल जो ले। पहली रह दी खंडे बाटे दा अमर छकना। बहुत डरदे रहिंदे यार अमर छक लिया पता नहीं किदा साडे ते भार पै जाणा। वाहेगुरु जे सवेरे ना भी नहाता जाए तो कोई नहीं गा गुरु कृपा करे। मैं बेनती करा सतगुरु रहमत करे बाणी दे नाल जुड़ना। जदो तुसी गुरु की बाणी दे नाल गुरु के बचना नाल जुड़ोगे ना जे कोई बंदा ढिला मठा मैं ओदी गल कर रहा चंगे भले ने कदे ए ना आखे बाबा जी दस के भी नहाउण दी लोड़ नहीं की नहीं गुरु कृपा करे। मारे कहिंदे कर इशनान सिमर प्रभ अपना सिमर प्रभ अपना मन तन मन तन पै अरोगा पै अरोगा। जदों इशनान करोगे शरीर दे रोग जाणगे जदों सिमरन करोगे अंदर दे रोग जाणगे। वाहेगुरु गुरु कृपा करे तो बाबा बंदा सिंह बहादुर ने पहला अमृत मेरे कलगियां वाले पातशाह ने प्यारे दया सिंह नूं छकाया सी ते सब तो अखीरला अमृत अपने हस्त कमला दे नाल छका के उहदा नाम बाबा बंदा सिंह दा रखिया। गुरु गोबिंद सिंह अपने आसरां नूं आ गए मगर ही बंदा सिंह आ गया क्योंकि गुरु दा हो चुका सी अपना आश्रम छड्ड दित्ता। वाहिगुरु ते जिन्ना चिर रिहा इहने बड़ा जुड़ के बंदगी कीती। इधर वजीद खान दे कल्ले होए दो पठान वाहिगुरु जिन्हां नूं सूबा सरहंद वजीद खान ने यह हदायत कीती सी जिन्ना पैसा आखो ओना ही दे देना जिन्नी जगीर आखो ओनी मैं तुहाडे नाल वा देना पर कोई ना कोई ढंग बना के गुरु गोबिंद सिंह नूं जानो मारो। उन्हें आख्या इन्नी जगीर जो खराब करनी आ ते तेरा मकसद की आ। उन्हें आख्या बहादुर शाह की दोस्ती गुरु नाल बड़ी वध गई आ ते किते बहादुर शाह फड़ के मैनू गुरु गोबिंद सिंह दे हवाले ना कर दे ते जिहड़े मैं पाप कीते उहदा दंड मैनू भुगतना पैणा। उन्हें आख्या कदे पहला भी इतना होया। उन्हें आख्या इन्हां दे पंजवें गुरु वेले जहांगीर ने चंदू दे कोलों जुल्म कराए ते जदों छेवें पातशाह ग्वालियर तो दिल्ली आए जहांगीर ने फड़ के चंदू नूं छेवें पातशाह दे हवाले करता सी जिहड़ी ओह मौते मरिया ओह इतिहास ओहदे सामने सी। उन्हें आख्या मेरा भी कितने चंदू वाले हाल ना होवे इह तों पहलां तुसीं गुरु गोबिंद सिंह नूं मार मुकाओ। इह दोवें पठान पहाड़े दे कातल सी ते पैसा लैके किसी नूं भी यह मार दिंदे सी। दमें पठान दिल्ली पहुंचे आ गुरु साहब दे महल माता सुंदरी जी नूं जाके मिले आ झूठ मारिया भी असीं घोड़ियां दे वपारी आ ते गुरु गोबिंद सिंह महाराज दे शरधालू आ दर्शनां वास्ते आए आ। पता पुछ लिया दखण देड़ दी धरती नूं इह दमें पठान तुर पे आ पहुंचे आ हजूर साहब दी धरती ते दीवान सजिया सी। दमां पठाणा ने मन नूं नमस्कार कीती ते नाल घर दी सुख सांद भी दसती क्योंकि माता सुंदरी जी दे कोलों गए सी। जेड़े लागे सिख बैठे सी उन्हां ने गल गोली ना भी जेड़े घर दी भी सुख सांद दसण डे आ इहदा मतलब भी महाराज दे कोई बहुत ही निकट वर्ती है श्रद्धालु आ। तुसीं आखोगे भी गुरु ने अपने कातलां नूं बुझ क्यों ना लिया भी गुरु ते अंतरगामी आ ते कातल सामने बैठे आ ते मन ने जाणिया क्यों ना। कोई बंदा साडे ते सवाल कर सकदा सिंगो जिन्हों असी गुरु मानते हैं ना वह मौत दे कोलों कदे डरदा नहीं जे ते ना ही मौत दे वक्त नूं ओ टालदा। वाहिगुरु महाराज जान के सी कि ये साडे अंत दा कारण बन के आए आ। रब्बी हुक्म दे परदे नूं उन्हां ने चुकिया ही नहीं। वाहिगुरु पठान आउंदे रहे दीवान सजदा रहा। एक दिन गोलखां दा दाल लग गया उन्हें सुत्या पिया गुरु गोबिंद सिंह महाराज दी वखी दे विच गहरा खंजर दा वार कर दिता। वार करके पापी भजन लगा मेरे पातशाह बिजली दी फुरती तां उठे मारी तलवार ते गोलखां दा सिर ला के ओह मारिया। सिंघो इथों भी एक प्रेरणा लैनी चाहीदी आ इतिहास प्रेरणा स्रोत हुंदे आ। शायद तो गोलखां भजन दा
ਪਰ ਮਨ ਨੇ ਦੋ ਕਦਮ ਨਹੀਂ ਜਾਣਦਾ ਉੱਥੇ ਸੁੱਟ ਲਿਆ। ਕਿੰਨੇ ਪਹਿਰੇਦਾਰ ਮਹਾਰਾਜ ਦੇ ਭਾਵੇਂ ਨਾਲ ਹੋਇਆ ਕਰਦੇ ਸੀ ਨਾ ਪਹਿਰੇ ਦੇ, ਪਰ ਬੇਮਿਆਨ ਤਲਵਾਰ ਮੇਰੇ ਸਤਿਗੁਰੂ ਆਪਣੇ ਸਿਰਹਾਣੇ ਰੱਖ ਕੇ ਫਿਰ ਆਰਾਮ ਕਰਿਆ ਕਰਦੇ ਸੀ। ਤੇ ਸਿੱਖ ਨੂੰ ਇਸ ਤਰ੍ਹਾਂ ਹਦਾਇਤ ਕੀਤੀ ਆ ਵੀ ਸਿੱਖ ਨੇ ਸ਼ਸਤਰ ਧਾਰੀ ਰਹਿਣਾ, ਸ਼ਸਤਰ ਧਾਰੀ। ਗੁਰੂ ਕਿਰਪਾ ਕਰੇ ਜੋ ਦਿੱਲੀ ਵੀ ਸਾਡਨਾ ਹੋਇਆ ਨਾ, ਉਹਨਾਂ ਦਾ ਜ਼ਿਆਦਾ ਕਸੂਰ ਨਹੀਂ ਸੀ, ਸਾਡਾ ਸੀ। ਅਸੀਂ ਜਿਹੜੇ ਗੁਰੂ ਦੇ ਬਚਨਾਂ ਨੂੰ ਭੁੱਲ ਗਏ ਤੇ ਕਿਤਨਾ ਕਤਲੇਆਮ ਸਿੱਖਾਂ ਦੀ ਕੀਤੀ ਗਈ। ਗੁਰੂ ਕਿਰਪਾ ਕਰੇ ਉਸ ਵੇਲੇ ਰਾਜੀਵ ਗਾਂਧੀ ਨੇ ਦੱਖਣ ਦੇੜ ਦੀ ਧਰਤੀ ਤੇ ਵੀ ਆਖਿਆ ਵੀ ਇੱਥੇ ਵੀ ਸਿੱਖਾਂ ਦਾ ਖਾਤਮਾ ਕਰ ਦਿਓ। ਉੱਥੋਂ ਦੇ ਡੀਸੀ ਨੇ ਆਖਿਆ ਇੱਥੇ ਲੈਣੇ ਤੇ ਦੇਣੇ ਪੈ ਜਾਣੇ, ਦੱਖਣੀਏ ਸਾਰੇ ਸ਼ਸਤਰਧਾਰੀ ਤੇ ਕੋਠੇ ਇਹਨਾਂ ਸ਼ਸਤਰਾਂ ਨਾਲ ਭਰੇ ਹੋਏ ਆ, ਤੁਹਾਨੂੰ ਪਤਾ ਉੱਥੇ ਕੋਈ ਹਿਲਜਲ ਨਹੀਂ ਹੋਈ। ਤਾਂ ਸਤਿਗੁਰ ਪਾਤਸ਼ਾਹ ਵਚਨ ਹਨ, ਸ਼ਸਤਰ ਕੇ ਅਧੀਨ ਹੈ ਰਾਜ, ਰਾਜ ਜੋ ਨਾ ਬਹਿਰੇ ਕਾਜ, ਉਹਨਾਂ ਦੇ ਕਾਜ ਵਿਗਣਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ। ਇਹ ਮੋਰ ਆਗਿਆ ਸੁਣ ਲਿਖੋ ਪਿਆਰੇ, ਬਿਨਾਂ ਤੇਗ ਤੀਰੰਗ ਨਾ ਦਿਉ ਦਦਾਰੇ। ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇ ਤੇਰੇ ਕੋਲ ਸ਼ਸਤਰ ਹੋਣ। ਤੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਨੂੰ ਚਟਕਾ ਤਾ, ਦੂਜਾ ਭੱਜਣ ਲੱਗਾ, ਉਹਨੂੰ ਸਿੰਘਾਂ ਨੇ ਢਾਲਿਆ। ਜਦੋਂ ਉਹਦੀ ਤਬਦੀਸ਼ ਕੀਤੀ ਪਤਾ ਲੱਗਾ ਵੀ ਇਹਨੂੰ ਸੂਬਾ ਸਰਹੰਦ ਵਜੀਦ ਖਾਂ ਨੇ ਘੱਲਿਆ। ਜਦੋਂ ਇਸ ਗੱਲ ਦਾ ਬੰਦਾ ਸਿੰਘ ਨੂੰ ਪਤਾ ਲੱਗ ਗਿਆ ਨਾ, ਉਹਨੇ ਆਖਿਆ ਮੈਂ ਤੇ ਸੋਚਦਾ ਸਾਂ ਵੀ ਜੇ ਕਿਤੇ ਮੈਂ ਹੁੰਦਾ ਪੰਜਾਬ ਤੇ ਮੈਂ ਇਹਨੂੰ ਏਡੇ ਵੱਡੇ ਜ਼ੁਲਮ ਨਾ ਕਰਨ ਦਿੰਦਾ, ਪਰ ਮੇਰੀ ਮੌਜੂਦਗੀ ਵਿੱਚ ਹੀ ਏਡਾ ਵੱਡਾ ਕਾਤਲਾਮਾ ਹਮਲਾ ਗੁਰੂ ਤੇ ਇਹਨੇ ਕਰਾਤਾ। ਇਹ ਬੜਾ ਜ਼ਾਲਮ ਬੰਦਾ, ਉਹਨੂੰ ਦੋਹਰਾ ਗੁੱਸਾ ਚੜ ਗਿਆ ਸੂਬਾ ਸਰਹੰਦ ਵਜੀਦ ਖਾਂ ਤੇ, ਸਿੰਘੋ ਆਪੇ ਤੋਂ ਬਾਹਰ ਹੋ ਗਿਆ। ਗੁਰੂ ਗੋਬਿੰਦ ਸਿੰਘ ਨੇ ਆਪਣੀ ਗੋਦ ਵਿੱਚ ਲੈ ਕੇ ਇੱਕ ਹੱਥ ਆਪਣੇ ਜ਼ਖਮ ਉੱਤੇ ਰੱਖਿਆ ਤੇ ਬੰਦਾ ਸਿੰਘ ਦੀ ਹਾਲਤ ਨੂੰ ਵੇਖ ਕੇ ਜਿਸ ਤਰ੍ਹਾਂ ਮਹਾਭਾਰਤ ਦੇ ਯੁੱਧ ਵਿੱਚ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ, ਬਹੁਤਾ ਲੰਮਾ ਬਿਆਨ ਤਾਂ ਨਹੀਂ ਸਤਿਗੁਰਾਂ ਨੇ ਕੀਤਾ, ਮਿੰਟੋ ਮਿੰਟੀ ਪੰਜਾਬ ਦੇ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਤਿਆਰ ਕਰਕੇ ਇੱਕ ਗੱਲ ਆਖੀ, ਬੰਦਾ ਸਿੰਘਾ ਜੋ ਪਰਮੇਸ਼ਰ ਦੇ ਭਾਣੇ ਵਿੱਚ ਵਾਪਰ ਰਿਹਾ ਨਾ, ਉਹਦਾ ਅਸੀਂ ਅਫਸੋਸ ਕਰਨ ਵਾਸਤੇ ਪੈਦਾ ਨਹੀਂ ਹੋਏ, ਉਹਦੇ ਹੁਕਮ ਦੇ ਗਾੜੀ ਸਿਰ ਝੁਕਾਉਣ ਵਾਸਤੇ ਪੈਦਾ ਹੋਏ ਆ, ਹੋਸ਼ ਕਰ ਤੇ ਆਪਣੇ ਹੁਣ ਅਗਲੇ ਕੰਮ ਦੀ ਤਿਆਰੀ ਕਰ। ਅਗਲੇ ਦੀ ਤੋਰਨ ਲੱਗੇ ਮੇਰੇ ਪਾਤਸ਼ਾਹ, ਪੰਜੀ ਸਿੰਘ ਨਾਲ ਦਿੱਤੇ, ਪੰਜੀ ਸਿੰਘ, ਪੰਜ ਜਰਨੈਲ ਤੇ 20 ਸਿੰਘ ਨਾਲ ਹੋਰ ਤਿਆਰ ਕਰਦੇ। ਆਪਣੀ ਪਵਿੱਤਰ ਕਲਮ ਪਕੜ ਕੇ 4-5 ਹੁਕਮਨਾਮੇ ਲਿਖੇ ਆ, ਜਿਨ੍ਹਾਂ ਤੇ ਇਹ ਲਿਖਿਆ ਸੀ, ਖਾਲਸਾ ਜੀ ਮੈਂ ਇੱਥੋਂ ਜਰਨੈਲ ਥਾਪ ਕੇ ਤੋਰ ਰਿਹਾ, ਇਹਦੀ ਕਮਾਂਡ ਥੱਲੇ ਰਹਿ ਕੇ ਤੁਸੀਂ ਪੰਜਾਬ ਦੇ ਜ਼ਾਲਮ ਬੰਦਿਆਂ ਦੇ ਨਾਲ ਟੱਕਰ ਲੈਣੀ ਜੀ। ਆਪਣੇ ਕੰਮਾਂ ਤੋਂ ਵਿਹਲਿਆ ਹੋ ਕੇ ਤੋਰਨ ਲੱਗੇ ਤੇ ਉਹਨਾਂ ਪੰਜੀਆਂ ਵਿੱਚੋਂ ਇੱਕ ਨੇ ਗਲਤੀ ਕਰਤੀ। ਬੜੇ ਪਿਆਰ ਨਾਲ ਸਤਿਗੁਰ ਨੇ ਆਪਣੇ ਗਾਤਰੇ ਦੀ ਤਲਵਾਰ ਬੰਦਾ ਸਿੰਘ ਨੂੰ ਦਿੱਤੀ। ਵਾਹਿਗੁਰੂ। ਇੱਕ ਸਿੰਘ ਭੱਜ ਕੇ ਉੱਠਿਆ ਤੇ ਉਹਨੇ ਬੰਦਾ ਸਿੰਘ ਤੋਂ ਤਲਵਾਰ ਖੋਲੀ, ਕਿਉਂਕਿ ਨਵਾਂ ਨਵਾਂ ਜਵਾਇਆ ਸੀ। ਵਾਹਿਗੁਰੂ। ਮਹਾਰਾਜ ਹੈਰਾਨ ਹੋਏ ਤੇ ਪੁੱਛਿਆ ਹੋਇਆ ਕੀ ਕੀਤਾ ਜੀ? ਆਂਦਾ ਮਹਾਰਾਜ ਸਾਨੂੰ ਇੱਥੇ 20-20 ਵਰੇ ਹੋ ਗਏ ਭਾਂਡੇ ਮਾਜਦਿਆਂ ਨੂੰ, ਝਾੜੂ ਮਾਰਦਿਆਂ ਨੂੰ, ਤੇ ਜੇ ਕੱਲ ਸਿੰਘ ਸਜਿਆ ਤੈਨੂੰ ਆਪਣੇ ਗਾਤਰੇ ਦੀ ਤਲਵਾਰ ਵੀ ਦੇਤੀ ਜੇ, ਤੇ ਆ ਬਾਕੀ ਪੰਥ ਦਾ ਕੀ ਬਣੂਗਾ? ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਬੰਦਾ ਸਿੰਘ ਦਾ ਗੁਰੂ ਸਾਹਿਬ ਦੇ ਨਾਲ ਕਿੰਨਿਆਂ ਕੁ ਜਨਮਾਂ ਦਾ ਪਿਆਰ ਤੁਰਿਆ ਆਉਂਦਾ। ਵਾਹਿਗੁਰੂ। ਅਸੀਂ ਇਸ ਜਨਮ ਦੀਆਂ ਗੱਲਾਂ ਕਰਕੇ ਗੁਰੂ ਤੇ ਗਿਲਾ ਖੜਾ ਕਰ ਲੈਂਦੇ ਹਾਂ। ਆਖਿਆ ਕੁਛ ਨੀ, ਤਲਵਾਰ ਗਾਤਰੇ ਕਰਕੇ ਸਤਿਗੁਰੂ ਹੱਸ ਪਏ, ਕਿਉਂਕਿ ਦਰਬਾਸ਼ਾ ਰਖੀ ਦਾ ਦਰਬਾਰ ਨਹੀਂ ਸੀ ਵੀ ਉਸੇ ਵੇਲੇ ਸਰਾਫ ਦੇ ਦਿੰਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇਹ ਵਰਾਂ ਦਾ ਘਰ ਹੈ। ਮਹਾਰਾਜ ਤਲਵਾਰ ਗਾਤਰੇ ਕਰਕੇ ਤੇ ਆਪਣੇ ਪੱਥੇ ਵਿੱਚੋਂ ਸਤਿਗੁਰਾਂ ਨੇ 5 ਤੀਰ ਕੱਢ ਲਏ, 5 ਤੇ ਆਖਿਆ ਵਿਨੋਦ ਸਿੰਘਾ ਅਗਰ ਜੇ ਤੁਸੀਂ ਇਹ ਗਲਤੀ ਨਾ ਕਰਦੇ ਤੇ ਤੀਰ ਸ਼ਾਇਦ ਮੈਂ ਤੁਹਾਨੂੰ ਦਿੰਦਾ, ਤੇ ਤਲਵਾਰ ਨਾਲੋਂ ਤੀਰਾਂ ਵਿੱਚ ਕਈ ਗੁਣਾ ਵੱਧ ਸ਼ਕਤੀ ਹੁੰਦੀ ਆ, ਵਾਹ ਵਾਹ, ਹੁਣ ਮੈਂ 1 ਦੀ ਜਗ੍ਹਾ ਤੈਨੂੰ 5 ਦੇਣ ਲੱਗਾ ਜੇ, ਤੇ ਪਾਬੰਦ ਸਤਿਗੁਰਾਂ ਨੇ ਕਰ ਦਿੱਤਾ ਵੀ ਕੋਈ ਸਿੱਖ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਦੇਵੇ। ਤੋਰਨ ਲੱਗੇ ਮੇਰੇ ਪਾਤਸ਼ਾਹ, ਜੋ ਬੰਦਾ ਸਿੰਘ ਨੂੰ ਹਦਾਇਤਾਂ ਕਰ ਰਹੇ ਹਨ, ਇਹ ਕਵਿਤਾ ਤੇ ਥੋੜੀ ਜਿਹੀ ਲੰਮੀ ਆ, ਹੈ ਬੜੀ ਸਵਾਦਲੀ ਆ ਤੇ ਬੜੀ ਸਿੱਖਿਆ ਦਾਗ ਆ। ਜੋ ਬੰਦਾ ਸਿੰਘ ਨੂੰ ਸਤਿਗੁਰੂ ਨੇ ਹਦਾਇਤਾਂ ਕੀਤੀਆਂ ਸੀ ਨਾ,
ਉਹ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਕੀਤੀਆਂ ਸੁਣ ਕੇ ਤੇ ਉਹਦੇ ਉੱਤੇ ਅਮਲ ਕਰਿਓ। ਬੰਦਾ ਸਿੰਘ ਨੂੰ ਸਤਿਗੁਰੂ ਕੀ ਕਹਿ ਰਹੇ ਭਾਈ? ਬਾਜਾਂ ਵਾਲੇ ਗੁਰੂ ਨੇ ਬੰਦੇ ਨੂੰ ਬੋਲਦੇ, ਦਿਲ ਵਾਲੇ ਪੇਦ ਦੇ ਖਲਾਸੇ ਖੋਲਦੇ, ਦਿਲ ਵਾਲੇ ਪੇਦ ਦੇ ਖਲਾਸੇ ਖੋਲਦੇ। ਸਾਡੇ ਵੱਲ ਜਰਾਨੀ ਗਮਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ। ਬਾਜਾਂ ਵਾਲੇ ਗੁਰੂ ਨੇ ਬੰਦੇ ਨੂੰ ਬੋਲਦੇ, ਅੱਜ ਦਿਲ ਵਾਲੇ ਪੇਦ ਦੇ ਖਲਾਸੇ ਖੋਲਦੇ, ਦਿਲ ਵਾਲੇ ਪੇਦ ਦੇ ਖਲਾਸੇ ਖੋਲਦੇ। ਸਾਡੇ ਵੱਲ ਜਰਾਨੀ ਗਮਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ। ਜਦੋਂ ਸਿੰਘਾਂ ਨੂੰ ਲਿਖਦੇ ਵੀ ਚਿੱਠੀਆਂ, ਅੱਜ ਚਿੱਠੀਆਂ ਤੇ ਗੱਲਾਂ ਲਿਖੀ ਬਹੁਤ ਮਿੱਠੀਆਂ, ਚਿੱਠੀਆਂ ਤੇ ਗੱਲਾਂ ਲਿਖੀ ਬਹੁਤ ਮਿੱਠੀਆਂ। ਸੋਹਣੇ ਹੋਣੇ ਸਿੰਘ ਸਰਦਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦੀਆਂ। ਕੱਲ ਦੀ ਬੰਦੇ ਅੱਜ ਆਉਣਗੇ ਤਮਾਮ ਸਿੰਘ ਤੇਰੀ ਮਦਦ ਦੇ, ਆਉਣਗੇ ਤਮਾਮ ਸਿੰਘ ਤੇਰੀ ਮਦਦ ਦੇ। ਓ ਕੱਲ ਦੀ ਸੰਦੇਸ਼ ਪੁੱਠਹਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਇੱਕ ਭੇਜਣਾ ਪੇ ਪਟਿਆਲੇ ਵੱਲ ਦੇ, ਲਿਖ ਭੇਜੀ ਹਾਂਜੀ ਲਿਖ ਪਟਿਆਲੇ ਵੱਲ ਜੀ, ਵੇਖ ਕੇ ਆਉਂਦੇ ਸਿੰਘਾਂ ਦੇ ਦਲ ਜੀ, ਵੇਖ ਕੇ ਆਉਂਦੇ ਸਿੰਘਾਂ ਦੇ ਦਲ ਜੀ। ਓੜ ਸਿੰਘ ਲੈ ਕੇ ਹਥਿਆਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਸਿੰਘ ਪਾਣੀ ਪੱਤ ਕਰ ਨਾਲ ਨੂੰ, ਚਿੱਠੀਆਂ ਤੇ ਲਿਖੀ ਕਰਕੇ ਕਮਾਲ ਨੂੰ, ਚਿੱਠੀਆਂ ਤੇ ਲਿਖੀ ਕਰਕੇ ਕਮਾਲ ਨੂੰ। ਓ ਕੈਥਲ ਅੰਬਾਲਾ ਤੇ ਹਸਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਅੰਮ੍ਰਿਤਸਰ ਸ਼ਹਿਰ ਤੋਂ ਸਮਾਣਾ ਲੁੱਟਣਾ, ਪਾਪੀਆਂ ਦੇ ਜੜ ਨੂੰ ਜੜਾਂ ਤੋਂ ਪੁੱਟਣਾ, ਪਾਪੀਆਂ ਦੇ ਜੜ ਨੂੰ ਜੜਾਂ ਤੋਂ ਪੁੱਟਣਾ। ਓ ਸੱਟ ਦੀ ਸਮੁੰਦ ਵਿੱਚ ਕਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਜੋ ਸੰਡੋਰੇ ਦੇ ਸਜਦ ਵਾਲਮ, ਕਰਦੀ ਰਗਾ ਤੋਂ ਫੜ ਰੱਦ ਜ਼ਾਲਮ, ਕਰਦੀ ਰਗਾ ਤੋਂ ਫੜ ਰੱਦ ਜ਼ਾਲਮ। ਸੱਜਦ ਵਾਲੀ ਖਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਪੀਰ ਬੁੱਧ ਸ਼ਾਹ ਵਾਲਾ ਲੈਣਾ ਵੈਰ ਤੋਂ, ਪਾਪੀਆਂ ਨੂੰ ਮਾਰ ਲੁੱਟ ਲੈਣਾ ਸ਼ਹਿਰ ਤੋਂ, ਪਾਪੀਆਂ ਨੂੰ ਮਾਰ ਲੁੱਟ ਲੈਣਾ ਸ਼ਹਿਰ ਤੋਂ। ਉਹ ਪਾਪੀ ਉਹ ਬੜੇ ਨੇ ਬਦਕਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਸਿਰਹੰਦ ਉੱਤੇ ਹੱਲਾ ਬੋਲੀ ਓਏ, ਫੇਰ ਸਿਰਹੰਦ ਉੱਤੇ ਹੱਲਾ ਬੋਲੀ ਓਏ, ਪੇਟਾਂ ਦੇ ਸਮਾਨ ਵੈਰੀਆਂ ਨੂੰ ਰੋਲੀ ਓਏ, ਪੇਟਾਂ ਦੇ ਸਮਾਨ ਵੈਰੀਆਂ ਨੂੰ ਰੋਲੀ ਓਏ। ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਸਿਰਹੰਦ ਸਾਰਾ ਟਾਵੀ ਬੰਦਿਆਂ, ਹਾਂਜੀ ਅੱਟ ਨਾਲੇ ਅੱਟ ਖਿੜਕਾਵੀ ਬੰਦਿਆਂ, ਅੱਟ ਨਾਲੇ ਅੱਟ ਖਿੜਕਾਵੀ ਬੰਦਿਆਂ। ਓ ਲਾਵੀ ਖਾਮ ਚੀਤੇ ਦਾ ਬਖਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਤੇ ਪੰਡਤ ਗੰਗਾ ਜੀ, ਇਹਨਾਂ ਨੂੰ ਵੀ ਫਲ ਪੂਗ ਤਾਂ ਵੀ ਚੰਗਾ ਜੀ, ਇਹਨਾਂ ਨੂੰ ਵੀ ਫਲ ਪੂਗ ਤਾਂ ਵੀ ਚੰਗਾ ਜੀ। ਓ ਰਾਜੇ ਫਤਿਹ ਕਰੀ ਬਾਈ ਤਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ, ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆਂ। ਆ ਜਿਹੜਾ ਤੈਨੂੰ ਪੰਜ
तीर दिते होए बिपता बनी ते छड देवी किते होए बिपता बनी ते छड देवी किते होए ओ फौज इना विच कई हजार बंदियां औखी वेण सानू नी वंगार बंदियां औखी वेण सानू नी वंगार बंदियां सारिया सिंगा नु मेरा रूप जानी होए दिलों नी पलौनी गुरुआं दी बाणी होए दिलों नी पलौनी गुरुआं दी बाणी होए बड़ी तू सिंगा दा सेवादार बंदियां औखी वेण सानू नी वंगार बंदियां औखी वेण सानू नी वंगार बंदियां सारियां ए गल्लां तेरे फायदे वंड जी सारियां ई हां जी सारियां ई गल्लां तेरे फायदे वंड जी मोड़ सोने जोड़ के सुनाता शंद जी मोड़ सोने जोड़ के सुनाता शंद जी ओ जाड़ के मुसलमान हार बंदियां औखी वेले सानू नी वंगार बंदियां औखी वेले सानू लई वंगार बंदियां लगे मेरे पातशाह ते सिंगो खर्चा कोई नहीं दिता ते मंगया उन्हें भी नहीं गा वेख लो किथे खजूर साहब ते किथे पंजाब ते पंजी सिंगा जिन्ना ने प्रशादा पानी छकना ते रस्ते च और भी रल जाने जदों लंगर विच कुछ ना छकन नू रह जाए ना सिंग ए नहीं आंदे पी लंगर मुक गया हां दे लंगर मस्ताना हो गया ए चढ़दी कला वाले बोले आ भी बंदे दा मन टेंदी कला वाले जाए ही ना सिंगो जंगलों विच रहना मड़ियां दे बेर खाने गन्ने चूप के गुजारा कर लेना पर उदो नित नेम गुरु क्या सिखा नू जबानी कंठ सी हुण पखे कूलर हीटर मोटर कारा बैंक बैलेंस सब कुछ मनोको वादू आ फैसिलिटी दा सारा ही समान कोल पिया पर सवेर तो लग के शाम तक बंदा करलौंदा विलकदा कारण की आ कुछ घरां नू छड के सिंगो साडे घरां च नित नेम नहीं रह गया ते महाराज कहिंदे जय तन बाणी विसर जाए जो पक्का रोगी बल्लाए विल लाए पक्का रोगी कोड़ दे रोगी नू आख्या जिहड़ा हर टाइम विलकदा रहिंदा कतक कर्म कमावणे दोष ना काहू जोग परमेश्वर ते भुल्या व्यापन सबे रोग सिंगो गुरु दे मार्ग नू छड के जेड़ा भी मार्ग तुरोगे ना वो कंडिया वाला होएगा वो दुखदाई होएगा पाए कोई भी होए बाणी तो टुट के बंदा सुख मान ले महाराज कहिंदे डिठा सब संसार एक दो कंट्रियां दी गल नहीं की थी नबेड़ा ही करता सतगुरु ने डिठा सब संसार सुख ना नाम बिना तन तन होसी छार जाने कोई जन सिमरत वेद पुराण पुकारन पोथियां नाम बिना सब कूड़ गल ही ओछियां सिंगो वड़ी तादाद में संगतां पहुंचियां मैं बेनती करूंगा सिख कौम दे प्रचारक होण दे नाते जे कोई बंदा आखे मेरे घर विचों कलेस निकल जाण मेरियां सारियां बीमारियां कटियां जाण मैं जेड़े काम नूं हथ पावां मैनूं ओहदे विच ही सफलता प्राप्त होवे मेरी आउण वाली घड़ी ओह खुशियां भरी होवे मेरा मन जेड़ा हर टाइम कॉल फुल वांगू खिड़िया ही रवे मेरा लोक ते परलोक भी सहला हो जाए सिंगो फिर इको एक कर्म करिया करो अमृत वेले उठ के बंदगी दा आहार करिया करो काम तो जान तो पहला नितनेम करिया करो जेड़े नहीं जानते पंजाबी और ओना वास्ते सब तो उच्चा ते सुच्चा नाम वाहेगुरु दा ओ घट तो घट बाणी सानू कह रही है कबीर एक घड़ी आधी करी एक घड़ी सजनो 24 मिंटां दी हुंदी है जे तुसी 24 मिंट सवेरे उठ के वाहेगुरु नहीं ना कर सकदे ते अद्धी घड़ी 12 मिंट ही कर लो 12 मिंट ते करोगे ना कबीर एक घड़ी आधी करी आधी आधी हूं ते आद तो 6 मिंट ते बह जाओगे ना
ਇਹਨਾਂ ਕੁ ਪਰਨ ਕਰਕੇ ਜਾਇਓ ਅੱਜ ਵਾਹਿਗੁਰੂ ਤੁਹਾਡਾ ਸੁੱਤਾ ਮਨ ਜਾਗੇਗਾ ਤੁਹਾਨੂੰ ਪਤਾ ਲੱਗੇਗਾ ਆਏ ਕਿੱਥੋਂ ਸਾਂ ਕਰ ਕੀ ਰਹੇ ਹਾਂ ਇਕੱਠਾ ਕੀ ਕਰਨਾ ਸੀ ਕੀ ਕਰੀ ਜਾ ਰਹੇ ਤੇ ਨਾਲ ਕੀ ਜਾਣਾ ਤੁਹਾਨੂੰ ਸੋਝ ਆਵੇਗੀ ਜੀਵਨ ਦੀ ਬਾਣੀ ਦੀ ਇੱਕ ਇੱਕ ਪੰਕਤੀ ਸਾਨੂੰ ਟੁੰਬ ਕੇ ਜਗਾਰੀ ਹੈ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਮਹਾਰਾਜ ਕਹਿੰਦੇ ਸੁੰਦਰ ਸੇਜ ਵਿਸ਼ੀ ਹੋਵੇ ਅਨੇਕਾਂ ਸੁੱਖ ਮਾਣਦਾ ਹੋਵੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਮਹਾਰਾਜ ਕਹਿੰਦੇ ਘਰ ਜਿਹੜਾ ਨਾ ਸੋਨੇ ਦਾ ਹੋਵੇ ਸੋਨੇ ਦਾ ਸੋਨੇ ਦਾ ਘਰ ਬਣਾਉਣ ਲੱਗੇ ਕਿੰਨੀ ਮਿਹਨਤ ਕਰਨੀ ਪਊਗੀ ਮਹਾਰਾਜ ਕਹਿੰਦੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਚੰਦਨ ਦੀ ਸੁਗੰਧੀ ਆਉਂਦੀ ਹੋਵੇ ਕੰਧਾਂ ਵਿੱਚ ਮੋਤੀ ਤੇ ਹੀਰੇ ਜੜੇ ਹੋਣ ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀ ਵਸੂਰੇ ਵਸੂਰੇ ਤੋਂ ਪਾਪ ਕੇ ਇੰਨਾ ਧਨ ਪਦਾਰਥ ਹੋਵੇ ਵੀ ਕੋਈ ਚਿੰਤਾ ਚੋਰਾ ਹੋਏ ਨਾ ਜਿਹੜੀ ਚੀਜ਼ ਨੂੰ ਮਨ ਕਰੇ ਉਹ ਹੀ ਬਾਜ਼ਾਰ ਚੋਂ ਖਰੀਦ ਲਿਆਵੇ ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚਿਤ ਨਾ ਆਵੀ ਵਿਸ਼ਟਾ ਕੇ ਕੀਰੇ ਮਹਾਰਾਜ ਕਹਿੰਦੇ ਜੇ ਤੂੰ ਸੋਨੇ ਦੇ ਘਰ ਚ ਬੈਠਾ 36 ਪ੍ਰਕਾਰ ਦੇ ਭੋਜਨ ਕਰੋੜ ਦੀ ਗੱਡੀ ਤੇ ਵੀ ਬੈਠਾ ਜੇ ਤੇਰੇ ਤੈਨੂੰ ਪਰਮੇਸ਼ਰ ਚੇਤਾ ਨਾ ਰੱਬ ਦਾ ਨਾਮ ਤੈਨੂੰ ਚੇਤਾ ਨਹੀਂ ਗਾ ਤੇ ਉਹਨੂੰ ਮਰਨ ਇੱਕ ਗੰਦਗੀ ਦੇ ਕੀੜੇ ਦਾ ਖਿਤਾਬ ਦਿੱਤਾ ਜੀ ਮਹਾਰਾਜ ਕਹਿੰਦੇ ਅਗਲੀ ਤੁਕ ਚ ਕਹਿੰਦੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਕਿਤ ਬਿਦ ਮਨ ਧੀਰੇ ਮਨ ਧੀਰੇ ਮਨ ਨੂੰ ਧੀਰਜ ਦੇਣੀ ਦੇਣੀ ਹੈ ਨਾ ਉਹ ਨਾਮ ਨੇ ਦੇਣੀ ਹੈ ਇਕੱਠਾ ਕਰਨ ਵਾਲਾ ਧਨ ਪਦਾਰਥ ਨਾਮ ਹੈ ਸਿਮਰਨ ਹੈ ਬੰਦਗੀ ਹੈ ਸੇਵਾ ਹੈ ਤੋ ਬੰਦਾ ਸਿੰਘ ਨੇ ਜਦੋਂ ਖਰਚਾ ਮੁੱਕ ਗਿਆ ਤੇ ਆਂਦਾ ਮਹਾਰਾਜ ਦਿੱਤਾ ਤੂੰ ਨਹੀਂ ਸੀ ਮੰਗਿਆ ਮੈਂ ਨਹੀਂ ਸੀ ਮੇਰਾ ਹੁਣ ਕੋਈ ਗਾਂਹ ਤੁਰਨ ਦਾ ਵਸੀਲਾ ਬਣਾ ਵਾਹਿਗੁਰੂ ਬੰਦਾ ਸਿੰਘ ਨੇ ਨਿਤ ਨੇਮ ਕਰਕੇ ਅਰਦਾਸ ਕੀਤੀ ਨਾ ਜਕਾਰਾ ਲਾਇਆ ਤੇ ਇੱਕ ਬਹੁਤ ਬੜਾ ਧਨੀ ਉਹਨੇ ਬੰਦਾ ਸਿੰਘ ਦੇ ਸਾਹਮਣੇ ਧਨ ਰੱਖ ਕੇ ਤੇ ਨਮਸਕਾਰ ਕੀਤੀ ਉਹਨੇ ਆਖਿਆ ਹੋਇਆ ਕੀ ਆ ਉਹਨੇ ਆਖਿਆ ਮੇਰੀ ਕਮਾਈ ਦਾ ਦਸਵੰਧ ਵਾ ਤੇ ਮੈਂ ਗੁਰੂ ਦੀ ਉਸ ਗੱਲ ਦਾ ਪਾ ਬੰਦ ਵਾ ਕਿ ਦਾਨ ਦਿਓ ਇਨਹੀ ਕੋ ਭਲੋ ਮੈਂ ਆਪਣਾ ਦਸਵੰਧ ਕਿਸੇ ਅੰਮ੍ਰਿਤਧਾਰੀ ਨੂੰ ਦਿੰਦਾ ਤੇ ਤੁਹਾਡੇ ਤੋਂ ਚੰਗੇ ਸਿੰਘ ਮੈਨੂੰ ਹੋਰ ਕਿੱਥੋਂ ਲੱਭਣੇ ਸੀ ਜੋ ਮੈਂ ਤੁਹਾਨੂੰ ਵੇਖਿਆ ਉਹ ਮੈਂ ਤੁਹਾਡੇ ਤੇ ਵਿਸ਼ਵਾਸ ਕੀਤਾ ਬੰਦਾ ਸਿੰਘ ਨੇ ਸੋਚਿਆ ਵੀ ਕਲਗੀਆਂ ਵਾਲਾ ਤੇ ਸਾਡੇ ਨਾਲ ਨਾਲ ਹੀ ਤੁਰਿਆ ਆਉਂਦਾ ਵਾਹਿਗੁਰੂ ਲੰਮੀਆਂ ਮੰਜ਼ਲਾਂ ਦਾ ਦਮ ਤੋੜਦਾ ਆ ਪੰਜਾਬ ਦੀ ਧਰਤੀ ਚ ਖੰਡੇ ਪਿੰਡ ਵਿੱਚ ਉਤਾਰਾ ਕੀਤਾ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਲਿਖੇ ਹੋਏ ਹੁਕਮਨਾਮੇ ਸਿੱਖਾਂ ਤੱਕ ਪਹੁੰਚਾਏ ਜਦੋਂ ਸਿੱਖਾਂ ਨੇ ਲੱਗੀ ਹੋਈ ਮੋਹਰ ਗੁਰੂ ਗੋਬਿੰਦ ਸਿੰਘ ਦੀ ਵੇਖੀ ਸਿੰਘਾਂ ਨੂੰ ਚਾਹ ਚੜ ਕੇ ਡੋਲੇ ਫਰਕ ਉੱਠੇ ਅੱਖਾਂ ਵਿੱਚ ਖੂਨ ਆ ਗਿਆ ਉਹ ਕਿਹੜੀ ਘੜੀ ਹੋਵੇਗੀ ਜਿਹੜੀ ਸਾਨੂੰ ਜਾ ਕੇ ਬੰਦਾ ਸਿੰਘ ਨਾਲ ਰਲਾਏਗੀ ਜਿਹੜਾ ਸਾਨੂੰ ਸਰਹੰਦ ਦੀਆਂ ਦੁਆਰਾਂ ਨਾਲ ਇੱਕ ਨਾਲ ਟਕਰਾ ਕੇ ਰੱਖ ਦੇ ਆਲੀ ਸਿੰਘ ਮਾਲੀ ਸਿੰਘ ਸਲੌਦੀ ਵਾਲੇ ਚੜ੍ਹ ਸਿੰਘ ਆਹ ਸਿੰਘ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਆ ਕੇ ਰਲ ਗਏ ਬੰਦਾ ਸਿੰਘ ਨੇ ਆਖਿਆ ਉਹ ਪਹਿਲੋਂ ਸਰਹੰਦ ਦੀਆਂ ਬਾਹਾਂ ਨੂੰ ਭੰਨੋ ਪਹਿਲੋਂ ਸਮਾਣੇ ਨੂੰ ਫਤਿਹ ਕਰੋ ਜਿੱਥੋਂ ਦਾ ਜਲਾਲੋ ਦੀ ਜਲਾ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਤਲਵਾਰ ਚਲਾਈ ਸੀ ਇਸੇ ਸਮਾਣੇ ਦੇ ਰਹਿਣ ਵਾਲੇ ਉਹ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾ ਸਨ ਜਿਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਛੁਰੀਆਂ ਨਾਲ ਸ਼ਹੀਦ ਕੀਤਾ ਸੀ ਪਹਿਲੋਂ ਸਮਾਣੇ ਨੂੰ ਫਤਿਹ ਕੀਤਾ ਕਪੂਰੀ ਮੁਸਤਫਾਬਾਦ ਇੱਧਰ ਸੰਢੌਰਾ ਜਿੱਥੋਂ ਦਾ ਬੁੱਧੂ ਸ਼ਾਹ ਫਕੀਰ ਸੀ ਜਿਹਨੇ 400 ਮਰੀਦ ਤੇ ਆਪਣੇ ਜਾਨਾਂ ਤੋਂ ਪਿਆਰੇ ਪੁੱਤਰ ਗੁਰੂ ਗੋਬਿੰਦ ਸਿੰਘ ਨਾਲ ਭਗਾਣੀ ਦੇ ਯੁੱਧ ਵਿੱਚ ਸ਼ਹੀਦ ਕਰਾਏ ਸੀ ਪਿੰਡ ਵਾਲਿਆਂ ਨੇ ਬੜੀ ਬੁਰੀ ਰਹਿਮਤ ਨਾਲ ਉਹਨੂੰ ਮਾਰਿਆ ਸੀ ਉਹਦਾ ਬਦਲਾ ਫਿਰ ਬਾਬਾ ਬੰਦਾ ਸਿੰਘ ਨੇ ਸੰਢੌਰੇ ਵਾਲਿਆਂ ਦਾ ਕਿਤਨਾ ਗਿਣ ਗਿਣ ਕੇ ਲਿਆ ਕਿਤਨਾ ਸੁੱਚਾਨੰਦ ਨੂੰ ਭਜਣਾ ਪੈਂਦੀਆਂ ਕਿਸ ਤਰ੍ਹਾਂ ਸਰਹੰਦ ਦੀ ਇੱਟ ਨਾਲ ਇੱਟ ਬਾਬਾ ਬੰਦਾ ਸਿੰਘ ਜੀ ਖੜਕਾ ਰਿਹਾ ਸੁਣੀਏ ਤੁਹਾਡੇ ਸਾਹਮਣੇ ਇਸ ਪ੍ਰਸੰਗ ਦੀ ਕਵਿਤਾ ਇੰਜ ਬਿਆਨ ਕੀਤੀ ਵਾਹ ਕਲਗੀ ਦਰਦਿਆ ਦੁੱਲਿਆ ਜਗਤ ਮਾਂ ਦਿੱਤੀਆਂ ਪਾ ਵਾਹ ਕਲਗੀ ਦਰਦਿਆ ਦੁੱਲਿਆ ਜਗਤ ਮਾਂ ਦਿੱਤੀਆਂ ਪਾ ਪਾਣ ਲੋਸ ਹੱਗਾ ਸੂਰੀਆ ਤੂੰ ਪਰਲੋ ਦਿੱਤੀ ਲੀਆਂ ਬਣ ਲੋਸ ਹੰਗਾ ਸੂਰੀਆ ਤੂੰ ਪਰਲੋ ਦਿੱਤੀ ਲੀਆਂ ਕਲਗੀ ਦਰਦਿਆ ਦੁੱਲਿਆ ਜਗ ਤੂੰ ਮਾਂ ਦਿੱਤੀਆਂ ਪਾ ਵਾਕਲ ਕੀ ਤਰਦੇ ਦੁੱਲਿਆ ਜਗ ਤੂੰ ਮਾਂ ਦਿੱਤੀਆਂ ਪਾ ਪਣ ਲੋਸ ਹੰਗਾ ਸੂਰੀਆ ਤੂੰ ਪਰਲੋ ਦਿੱਤੀ ਲੀਆਂ
ਦੱਸ ਲਾਂਗਾ ਸੂਰੀਆ ਤੂੰ ਪ੍ਰਲਾਦ ਤੀਲੀਆ ਪਾਗ ਨੱਥਾ ਅੱਕ ਆ ਸਭ ਬਦਲੇ ਲੈ ਚੁੱਕਾ ਸੋਹਣੀ ਪੱਤ ਸਮਾਣਾ ਮਾਰ ਕੇ ਤੇ ਛੱਤ ਬਣਾਉਣ ਲੁੱਟਾ ਸੋਹਣੀ ਪੱਤ ਸਮਾਣਾ ਮਾਰ ਕੇ ਤੇ ਛੱਤ ਬਣਾਉਣ ਲੁੱਟਾ ਕਮੀ ਪਾਪੀ ਸੋਧ ਕੇ ਤੂੰ ਦਿੱਤੇ ਫਲ ਭੁਗਤਾ ਕਈ ਕਮੀ ਪਾਪੀ ਸੋਧ ਕੇ ਤੂੰ ਦਿੱਤੇ ਫਲ ਭੁਗਤਾ ਤੂੰ ਆਫਤ ਬਣ ਕੇ ਟੁੱਟਿਆ ਤੇ ਦਿੱਤੀ ਤੂੰ ਨੀ ਉਡਾ ਮੈਦਾਨੇ ਜੰਗ ਵਿੱਚ ਲਕਾਰ ਕੇ ਕਤਲ ਕੀਤਾ ਉਹਦਾ ਪਾਪ ਦਾ ਕਿਲਾ ਢਾ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਉਸਾਰੀ ਕੀਤੀ ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਉਹਨਾਂ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਦਾ ਸਦਕਾ ਅਸੀਂ ਆ ਸਿੱਖ ਰਾਜ ਭਾਗ ਦੇ ਮਾਲਕ ਬਣੇ ਸੱਚ ਹੈ ਉਹਨਾਂ ਦੀਆਂ ਕਰਨੀਆਂ ਕੁਰਬਾਨੀਆਂ ਕਦੇ ਮਨ ਤੋਂ ਨਾ ਵਸਾਰੀਏ ਸਿੰਘੋ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਆ ਵਾਹ ਵਾਹ ਢਾਡੀਆਂ ਨੂੰ ਕਵੀਸ਼ਰਾਂ ਨੂੰ ਸਪੌਂਸਰਾਂ ਕਰਕੇ ਬੁਲਾਉਂਦੇ ਰਿਹਾ ਕਰੋ ਇਸ ਤਰ੍ਹਾਂ ਜੇ ਤੁਸੀਂ ਗੁਰੂ ਕਿਰਪਾ ਕਰੇ ਜੇ ਤੁਸੀਂ ਕਿਤੇ ਇਤਿਹਾਸ ਨਾਲ ਸੁਣਿਆ ਹੁੰਦਾ ਤੇ ਜ਼ਿਮੀਂਦਾਰੋ ਤੁਹਾਨੂੰ ਕਿਸੇ ਨੇ ਮਾਲਾ ਨਹੀਂ ਟੱਪਣ ਦੇਣਾ ਮਾਲਾ ਤੁਸੀਂ ਸਾਰੀਆਂ ਹੱਦਾਂ ਕਿਤੇ ਕਿਤੇ ਬੈਰੀਗੇਡ ਤੋੜ ਕੇ ਪਾਣੀ ਦੀਆਂ ਵਿਛਾੜਾਂ ਦੀ ਨਾ ਪਰਵਾਹ ਕਰਦੇ ਹੋਏ ਅਥਰੂ ਗੈਸ ਤੇ ਗੋਲਿਆਂ ਦੀ ਨਾ ਪਰਵਾਹ ਕੀਤੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚੇ ਵਾਹ ਵਾਹ ਸਤਿਗੁਰੂ ਕਿਰਪਾ ਕਰੇ ਮੈਂ ਆਖਰੀ ਕਵਿਤਾ 20ਵੀਂ ਸਦੀ ਦੇ ਮਹਾਨ ਯੋਧੇ ਤੋਂ ਗੁਰੂ ਕਿਰਪਾ ਕਰੇ ਸਮੇਂ ਵਿੱਚ ਸੀਮਿਤ ਰਹਿਣਾ ਚਾਹੀਦਾ ਇੱਥੋਂ ਦੇ ਪ੍ਰਧਾਨ ਸਾਹਿਬਾਨ ਭਾਈ ਗੁਰਮੇਲ ਸਿੰਘ ਜੀ ਮੱਲੀ ਭਾਈ ਹਰਦੀਪ ਸਿੰਘ ਜੀ ਸਰਪੰਚ ਇੱਥੇ ਵੀ ਸਰਪੰਚ ਮੈਂ ਤਾਂ ਪੰਜਾਬ 'ਚ ਰਹਿ ਗਏ ਗੁਰੂ ਕਿਰਪਾ ਕਰੇ ਪੰਜਾਬ 'ਚ ਹੀ ਹੋਣਾ ਮੈਂ ਨਾ ਇੱਥੇ ਤੇ ਹੋਰ ਹੀ ਕਾਨੂੰਨ ਆ ਗੁਰੂ ਕਿਰਪਾ ਕਰੇ ਆਓ ਔਰ ਸਾਰੇ ਮੈਂ ਜਿੰਨੇ ਵੀ ਮੇਰੇ ਟਕਸਾਲੀ ਵੀਰ ਆ ਗੁਰੂ ਕਿਰਪਾ ਕਰੇ ਤੁਹਾਡਾ ਮੈਂ ਦੇਣ ਨਹੀਂ ਦੇ ਸਕਦਾ ਜਿਸ ਤਰ੍ਹਾਂ ਕੋਈ ਅਫਸਰ ਨੂੰ ਲਿਆਉਂਦਾ ਨਾ ਏਅਰਪੋਰਟ ਤੋਂ
ਅਸੀਂ ਇੰਨੀ ਯੋਗ ਨੇ ਜੋ ਤੁਸੀਂ ਸਾਨੂੰ ਮਾਣ ਦਿੰਦੇ ਜੇ ਗੁਰੂ ਕਿਰਪਾ ਕਰੇ ਤੋ ਆਓ ਮੈਂ ਤੁਹਾਡੇ ਸਾਹਮਣੇ ਉਸ ਮਰਦ ਦੀ ਕਵਿਤਾ ਕਹਿਣ ਲੱਗਾ ਜਿਹਦੀ ਮੈਂ ਸੰਗਤ ਕੀਤੀ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਤੁਹਾਡੇ ਅੱਗੇ ਖਾਲ ਵਗਾ ਦਿਆ ਕਰਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਕਿਸੇ ਨੇ ਆਖਿਆ ਬਾਬਾ ਜੀ ਇਹ ਜਿਹੜੀ ਫੌਜ ਆ ਦਿੱਲੀ ਤੋਂ ਆਈ ਬੂਟ ਪਾ ਕੇ ਅੰਦਰ ਵੜ ਚਲੀ ਪਰਕਰਮਾ ਚ ਬੂਟ ਪਾ ਕੇ ਉਹਨਾਂ ਆਖਿਆ ਫੌਜੀ ਬੂਟ ਪਾ ਕੇ ਆਉਣਗੇ ਜ਼ਰੂਰ ਪਰ ਉਹ ਆਪਣੀਆਂ ਲੱਤਾਂ ਦੇ ਨਾਲ ਮੁੜ ਕੇ ਇੱਥੋਂ ਤੁਰ ਕੇ ਨਹੀਂ ਜਾਣਗੇ ਸੱਚ ਹੈ ਇੱਥੇ ਅਸੀਂ ਰਬੜ ਦੀਆਂ ਗੋਲੀਆਂ ਲੈ ਕੇ ਨਹੀਂ ਬੈਠੇ ਸਿੱਖ ਦੇ ਖੂਨ ਦਾ ਕਤਰਾ ਕਤਰਾ ਤੇ ਵਹਿ ਜਾਏਗਾ ਪਰ ਆਪਣੇ ਗੁਰਧਾਮਾਂ ਦੀ ਕਦੇ ਉਹ ਵਿਅਵਦੀ ਨਹੀਂ ਸਹਾਰੇਗਾ ਸਿੰਘੋ ਇੱਕੋ ਇੱਕ ਸੰਸਥਾ ਹੈ ਦਮਦਮੀ ਟਕਸਾਲ ਜਿਹਦੇ ਤਿੰਨ ਪ੍ਰਕਰਮਾਂ ਦੇ ਵਿੱਚ ਸਥਾਨ ਬਣੇ ਪਹਿਲਾ ਬਾਬਾ ਦੀਪ ਸਿੰਘ ਸ਼ਹੀਦ ਜਿਹਨੇ ਅਬਦਾਲੀ ਦੀਆਂ ਫੌਜਾਂ ਨੂੰ ਕਿਤਨਾ ਸਿਰ ਲੱਥੇ ਤੋਂ ਹੀ ਭਾਜੜਾਂ ਪਾਈਆਂ ਦੂਜੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਸ੍ਰੀ ਅਕਾਲ ਤਖ਼ਤ ਦੇ ਪਿਛਲੇ ਪਾਸੇ ਬਣਿਆ ਹੋਇਆ 30 ਸਿੰਘਾਂ ਨੇ 30,000 ਫੌਜ ਦਾ ਮੁਕਾਬਲਾ ਕੀਤਾ ਤੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਸਥਾਨ ਤੁਸੀਂ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੇ ਲਾਗੇ ਮਹਾਨ ਕੁਰਬਾਨੀ ਕਰਨ ਵਾਲੇ ਉਹ ਯੋਧੇ ਸਿੱਖੋ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਸੀਨਾ ਹੈ ਜੇ ਕੋਈ ਇਹਦੇ ਆਖੇ ਉੱਤੇ ਮੈਂ ਪੈਰ ਰੱਖ ਕੇ ਗਾਂਹ ਲੰਘ ਜਾ ਫੇਰ ਵੀ ਉਹਦੀ ਉਹ ਭੁੱਲ ਹੋਏਗੀ ਗੁਰੂ ਕਿਰਪਾ ਕਰੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਪਤਾ ਸੀ ਵੀ ਜਿਹੜੀਆਂ ਇਹ ਫੌਜਾਂ ਚੜ ਕੇ ਆ ਗਈਆਂ ਇਹ ਫੌਜਾਂ ਸਾਡੇ ਕੋਲ ਮਰਨੀਆਂ ਨਹੀਂ ਗੀਆਂ ਸ਼ਹੀਦ ਅਸੀਂ ਹੋਣਾ ਪਰ ਸਿੱਖੋ ਜਿੱਤ ਕੇਵਲ ਜੀਂਦੇ ਰਹਿਣ ਦੇ ਨਾਲ ਹੀ ਨਹੀਂ ਗੀ ਜਿਹੜਾ ਬੰਦਾ ਆਪਣੇ ਹਥਿਆਰ ਨਹੀਂ ਸੁੱਟਦਾ ਆਪਣੇ ਪ੍ਰਾਣਾਂ ਦੀ ਜੀਂਦੇ ਜੀ ਕਿਸੇ ਕੋਲ ਪਿੱਛਾ ਨਹੀਂ ਮੰਗਦਾ ਤੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਉਹ ਆਪਾ ਕੁਰਬਾਨ ਕਰ ਜਾਂਦਾ ਉਹ ਦੁਨੀਆਂ ਦਾ ਜੇਤੂ ਆਦਮੀ ਮਿਖਿਆ ਦੇ ਉਹਨਾਂ ਸਰਕਾਰ ਨੂੰ ਚੈਲੰਜ ਕੀਤਾ ਸੀ ਉਹਨਾਂ ਆਖਿਆ ਮੈਨੂੰ ਜੇਲ੍ਹ ਚ ਰੱਖ ਲਓ ਬੰਦ ਕਰ ਲਓ ਮੇਰਾ ਬੰਦ ਕੱਟ ਦੇਵੋ ਇਹ ਤਾਂ ਨਹੀਂ ਮੈਂ ਆਂਦਾ ਮੈਂ ਭਾਈ ਮਨੀ ਸਿੰਘ ਵਾਂਗੂ ਬਾਣੀ ਉਚਾਰਨ ਕਰੂੰਗਾ ਸ਼ਾਇਦ ਗੁਰੂ ਕਰਾ ਹੀ ਲਵੇ ਵਾਹਿਗੁਰੂ ਪਰ ਤੁਸੀਂ ਮੇਰੇ ਮੂੰਹ ਚੋਂ ਸੀਕ ਢਾ ਕੇ ਕਰ ਦਿਖਾ ਦਿਓ ਕਿੰਨਾ ਉਹਨਾਂ ਤੇ ਗੁਰੂ ਤੇ ਦ੍ਰਿੜ ਵਿਸ਼ਵਾਸ ਸੀ ਆਹ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਸਾਰੀਆਂ ਸਿੰਘੋ ਬੰਦਗੀ ਦੀਆਂ ਖੇਡਾਂ ਨਿਰਭਉ ਜਪੈ ਸਗਲ ਭਉ ਮਿਟੇ ਭਉ ਮਿਟੈ ਆਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਚੜ੍ਹਤ ਉਹਨਾਂ ਦਾ ਰੋਬ ਸਮੇਂ ਦੀਆਂ ਸਰਕਾਰਾਂ ਉਹਨਾਂ ਕੋ ਕਿਤਨਾ ਥਰੀਅਰ ਥਰੀਅਰ ਕੰਮ ਦੀਆਂ ਸਨ ਲੈਣਾ ਤੁਹਾਡੇ ਸਾਹਮਣੇ ਸਕੇ ਭਰਾਵਾਂ ਦੀ ਜੋੜੀ ਬਿਆਨ ਕਰ ਰਹੀ ਹੈ ਮੈਂ ਜੋੜੀ ਤਾਂ ਆਖਿਆ ਆ ਪਿੱਛੇ ਜੇ ਤੇ ਭੁਲੇਖਾ ਪੈ ਗਿਆ ਗਰੇਵ ਜੈਂਟਲਮੈਨ ਮੰਨਦੇ ਵੀ ਉਹਨਾਂ ਫੋਟੋ ਏਅਰਪੋਰਟ ਤੋਂ ਘੱਲੀ ਉਹ ਆਉਂਦੇ ਹੋਏ ਸਾਡੇ ਨਾਲ ਧੋਖਾ ਆ ਗਿਆ ਜੇ ਇਹ ਬੰਦਾ ਕੋਈ ਬਦਲ ਕੇ ਲੈਂਦਾ ਗੁਰੂ ਕਿਰਪਾ ਕਰੇ ਪਰ ਨਹੀਂ ਇਹ ਬੜਾ ਕਾਫੀ 5 ਮਹੀਨੇ ਇਹ ਠੀਕ ਨਹੀਂ ਰਿਹਾ 5 ਮਹੀਨੇ ਇਹ ਠੀਕ ਨਹੀਂ ਰਿਹਾ ਜਿਹੜੇ ਆਪਾਂ ਪੰਜਾਂ ਪਿਆਰਿਆਂ ਦੀ ਜਿਹੜੀ ਮਹਾਨਤਾ ਹੈ ਉਹਨੂੰ ਸਮਝੀਏ 5 ਮਹੀਨੇ ਜਿਹੜਾ ਤੁਰ ਨਹੀਂ ਸੀ ਸਕਦਾ ਬੋਲ ਨਹੀਂ ਸੀ ਸਕਦਾ ਆਪਣੇ ਹੱਥਾਂ ਨਾਲ ਖਾ ਨਹੀਂ ਸੀ ਸਕਦਾ ਤੁਰਿਆ ਜਾਂਦਾ ਡਿੱਗ ਪੈਂਦਾ ਸੀ ਜਿੱਦਣ ਪੰਜਾਂ ਸਿੰਘਾਂ ਦੇ ਕੋਲੋਂ ਅਰਦਾਸ ਕਰਾਈ ਨਾ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਗਿਆਨੀ ਕੁਲਵੰਤ ਸਿੰਘ ਜੀ ਦੇ ਨਗਰ ਵਿਖੇ ਉਹਨਾਂ ਗਾੜੀ ਮੈਂ ਬੇਨਤੀ ਕੀਤੀ ਗੁਰੂ ਕੇ ਸਿੱਖੋ ਤੁਸੀਂ ਪੂਰੇ ਜੇ ਤੁਸੀਂ ਅਰਦਾਸ ਕਰੋ ਉਹਨਾਂ ਆਖਿਆ ਸੁੱਕੀ ਰਸਤ ਦੇਗ ਵਾਸਤੇ ਹਾਜ਼ਰ ਕਰ ਦਿਓ ਜਿੱਦਣ ਉਹਨਾਂ ਸਿੰਘਾਂ ਨੇ ਅੰਮ੍ਰਿਤ ਸੰਚਾਰ ਵਿੱਚ ਅਰਦਾਸ ਕੀਤੀ ਨਾ ਸੱਚ ਕਰਕੇ ਜਾਣਿਓ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਜਦੋਂ ਮੈਂ ਘਰ ਆਇਆ ਦੀ ਮੈਂ ਮਾਂ ਨੂੰ ਪੁੱਛਿਆ ਵੀ ਜੁਗਰਾਜ ਸਿੰਘ ਕਿੱਥੇ ਆ ਆਂਦੀ ਉਹ ਤੇ ਅੰਬ ਸਾਹਿਬ ਮੱਥਾ ਟੇਕਣ ਗਿਆ ਜਿਹੜਾ ਤੁਰ ਨਹੀਂ ਸੀ ਸਕਦਾ ਮਹਾਰਾਜ ਕਹਿੰਦੇ ਸਿੰਘ ਪੰਚਨ ਮੈਂ ਮੇਰੋ ਬਾਸਾ ਪੂਰਨ ਕਰੋ ਤਰੋ ਜੇ ਆਸਾ ਆਸਾ
ਪੰਜਾਂ ਵਿੱਚੋਂ ਸ਼ਕਤੀ ਹੈ ਤੇ ਪੰਜਾਂ ਦਾ ਅਦਬ ਕਰਿਆ ਕਰੋ। ਗੁਰੂ ਕਿਰਪਾ ਕਰੇ ਆਓ ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਆਖਰੀ ਲੈਣਾ ਇੰਜ ਬਿਆਨ ਕੀਤੀਆਂ ਜਾ ਰਹੀਆਂ ਤੁਰੇ ਮਿੱਤੇ ਹੋ ਅੰਮ੍ਰਿਤਸਰ ਵੱਲ ਨੂੰ ਬੱਬਰ ਸ਼ਹਿਰ ਤੇ ਸਾਥੀ ਕੋਈ ਨਾਲ ਨਹੀਂ ਰੋ ਲੈਸ਼ ਸਸਤਰਾਂ ਦੇ ਨਾਲ ਫੱਬਦੇ ਸੀ ਜੱਗੋ ਵੱਖਰੀ ਚੜ੍ਹਤ ਕਮਾਲ ਨਹੀਂ ਰੋ ਉਹ ਚੀਤੇ ਰੱਬ ਤੋਂ ਡਰਦੀ ਸਰਕਾਰ ਕੰਬੇ ਪਿੰਡਰਾ ਮਾਲਾ ਸੀ ਵਿੱਚ ਸਵਾਰ ਪਾਈ ਜਾਂਦੀ ਸ਼ੂਕਦੀ ਕਾਰਜ ਜਾਰੂਆਂ ਦੀ ਕੰਨਾਂ ਸ਼ੀਸ਼ਿਆਂ ਚ ਦਿਸਣ ਪਾਰ ਪਾਈ ਜਿਹਨੇ ਦੱਸਿਆ ਪੀ ਪ੍ਰਚਾਰ ਨੀ ਉਹਦਾ ਕਿਰਦਾਰ ਵੀ ਉੱਚਾ ਹੋਣਾ ਚਾਹੀਦਾ।
अपने जिंदगी दे सुख त्यागने ये हर कोई नहीं त्याग सकता। ओदी भी कुरबानी नूं नमस्कार है। गुरु कृपा करे सारियां संगतां बड़े प्यार नाल गुरु का त्याग सरवण कीता। बोलदियां कोलों बेअंत भुलां दी माफी। सारियां प्रबंधकां दा, नौजवानां दा, टकसाली सिंघां दा, सेवादारां दा, सब दा धन्नवाद। बिल गुरु कृपा करे सुई निर्धार समय ते पहुंच चुकी आ। पुल चुक दी माफी। तुसी पौंडां दे नाल अपने इतिहास दा मान कीता। मेरा पातशाह महाराज तुहाडे घरां विच चढ़दी कला खजाने भरपूर करे। दाता नामदान दीआं दातां बख्श करे। भाई अमरजीत सिंह जी दा समूह सिखां दा धन्नवाद। वीर सुखा सिंह जी दा धन्नवाद। धन्नवाद सारिआं सिंघां दा। आओ सारिआं संगतां फतेह बुलाओ ते गज के हुण आखो इकरां वाहिगुरु जी का खालसा वाहिगुरु जी की फतेह।